ਵਾਹਿਗੁਰੂ ਵਾਹਿਗੁਰੂ ਜੀ ਜੀ ਕਾ ਕਾ ਖਾਲਸਾ, ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਪੋਡਕਾਸਟ ਦੇ ਵਿੱਚ, ਜਿਹੜਾ ਕਿ ਅਸੀਂ ਲਿਟਰਲੀ 2 ਮਿੰਟ ਪਹਿਲਾਂ ਡਿਸਾਈਡ ਕੀਤਾ। ਅਸੀਂ ਕਾਫੀ ਦੇਰ ਤੋਂ ਪੋਡਕਾਸਟ ਦਾ ਨਾਮ ਸੋਚ ਰਹੇ ਸੀਗੇ ਤੇ ਸਾਨੂੰ ਕੁਝ ਸੁੱਝ ਨਹੀਂ ਰਿਹਾ ਕਿਉਂਕਿ ਸਾਨੂੰ ਕੋਈ ਪੰਜਾਬੀ ਚ ਨਾਮ ਚਾਹੀਦਾ ਸੀ, ਤਾਂ ਅਸੀਂ ਸੋਚਿਆ ਕਿ ਹੁਣ ਬਸ ਸਾਡਾ ਪੋਡਕਾਸਟ ਹੀ ਨਾਮ ਰੱਖ ਦਿੰਦੇ ਆ। ਤੇ ਅੱਜ ਮੈਂ ਲੈ ਕੇ ਆਈ ਆ ਆਪਣੇ ਬ੍ਰਦਰ ਨੂੰ। ਮੇਰਾ ਭਰਾ ਆ, ਇੰਟਰਨੈਸ਼ਨਲ ਸਟੂਡੈਂਟ ਆ। ਕਾਫੀ ਕਮੈਂਟਸ ਤੇ ਮੈਨੂੰ ਮੈਸੇਜਸ ਆਉਂਦੇ ਸੀਗੇ ਕਿ ਅਸੀਂ ਕੈਨੇਡਾ ਦੇ ਵਿੱਚ ਮੂਵ ਹੋਣਾ ਚਾਹੁੰਦੇ ਆ ਤੇ ਸਾਨੂੰ ਇੱਥੇ ਦੀ ਜ਼ਿੰਦਗੀ ਬਾਰੇ ਥੋੜਾ ਬਹੁਤਾ ਦੱਸਿਆ ਕਰੋ, ਜ਼ਿਆਦਾ ਸ਼ੇਅਰ ਕਰੋ ਕਿ ਇੱਥੇ ਕਿੱਦਾਂ ਦੀ ਜ਼ਿੰਦਗੀ ਆ। ਸੋ ਅਸੀਂ ਸੋਚਿਆ ਕਿ ਅਸੀਂ ਪੋਡਕਾਸਟ ਦੇ ਜ਼ਰੀਏ ਜ਼ਰੂਰ ਆਪਾਂ ਜਿਹੜੇ ਲੋਕ ਉੱਥੋਂ ਆਉਣਾ ਚਾਹੁੰਦੇ ਆ ਆਪਾਂ ਦੱਸ ਸਕਦੇ ਹਾਂ। ਸੋ ਮੇਰੇ ਕੋਲ ਹੈਗਾ ਆ ਮੇਰਾ ਭਰਾ, ਇੰਟਰਨੈਸ਼ਨਲ ਸਟੂਡੈਂਟ ਆ। ਰੀਸੈਂਟਲੀ ਇਹ ਵਰਕ ਪਰਮਿਟ ਤੇ ਕਨਵਰਟ ਹੋਇਆ ਆ, ਹਾਂਜੀ ਹਨਾ। ਹਾਂਜੀ ਹਾਂ ਤੇ ਆਪਾਂ ਗੁਰਕੀਰਤ ਸਿੰਘ, ਕਰੋ ਆਪਣੇ ਆਪ ਨੂੰ ਥੋੜਾ ਜਿਹਾ ਇੰਟਰੋਡਿਊਸ ਤੇ ਫਿਰ ਆਪਾਂ ਤੁਹਾਡੇ ਕੋਲ ਕੁਝ ਸਵਾਲ ਪੁੱਛਾਂਗੇ ਤੇ ਤੁਸੀਂ ਉਹਨਾਂ ਦੇ ਜਵਾਬ ਦੱਸਿਓ। ਮੇਰਾ ਨਾਮ ਗੁਰਕੀਰਤ ਸਿੰਘ ਆ। ਮੈਂ 2-3 ਸਾਲ ਪਹਿਲਾਂ ਕੈਨੇਡਾ ਆਇਆ ਸੀ ਤੇ ਹੁਣ ਰੀਸੈਂਟਲੀ ਮੈਂ ਵਰਕ ਪਰਮਿਟ ਤੇ ਕਨਵਰਟ ਆਇਆ ਤੇ ਹੁਣ ਮੈਂ ਜੌਬ ਕਰਦਾ ਵਾਂ ਤੇ ਬਸ ਇਹੀ ਇੰਨੀ ਕਿ ਇੰਟਰੋ ਆ ਬਸ ਮੇਰੀ। ਇਹੀ ਲਾਈਫ ਆ। ਜ਼ਿਆਦਾਤਰ ਜਿਹੜੇ ਲੋਕੀ ਆ ਉਹ ਮੂਵ ਹੁੰਦੇ ਆ, ਸਟੱਡੀ ਪਰਮਿਟਸ ਤੇ ਹੀ ਜ਼ਿਆਦਾਤਰ ਜਨਤਾ ਆਉਂਦੀ ਆ ਤੇ ਬਹੁਤ ਰੇਅਰ ਹੁੰਦੇ ਆ ਜਿਹੜੇ ਵਰਕ ਪਰਮਿਟ ਐਂਡ ਬਾਕੀ ਜਿਹੜੇ ਜ਼ਰੀਏ ਉਹਨਾਂ ਥਾਂ ਨਹੀਂ ਆਉਂਦੇ ਆ। ਸੋ ਸਭ ਤੋਂ ਕਾਮਨ ਚੀਜ਼ ਜਿਹੜੇ 12th ਕਰਨ ਤੋਂ ਬਾਅਦ ਸਟੂਡੈਂਟਸ ਹਮੇਸ਼ਾ ਆਉਂਦੇ ਆ, ਉਹਨਾਂ ਦੀ ਸਟਰਗਲ, ਹਰ ਕਿਸੇ ਦਾ ਆਪਣਾ ਆਪਣਾ ਸਟਰਗਲ ਹੁੰਦਾ ਆ, ਬਟ ਉਹਨਾਂ ਦਾ ਸਟਰਗਲ ਥੋੜਾ ਜਿਹਾ ਡਿਫਰੈਂਟ ਹੁੰਦਾ ਆ। ਹਰੇਕ ਦਾ ਐਕਸਪੀਰੀਅੰਸ ਡਿਫਰੈਂਟ ਹੁੰਦਾ ਆ। ਸੋ ਆਪਾਂ ਅੱਜ ਉਹ ਡਿਸਕਸ ਕਰਾਂਗੇ। ਸੋ ਆਪਾਂ ਪਹਿਲਾਂ ਕਰਦੇ ਆ ਸ਼ੁਰੂ। ਤੇਰੇ ਕੋਲ ਕੁਝ ਕੁਐਸਚਨ ਜਿਹੜੇ ਮੈਂ ਆਪਣੇ ਫੋਨ ਦੇ ਉੱਤੇ ਲਿਖੇ ਹੋਏ ਆ, ਸੋ ਮੈਂ ਉਹ ਪੁੱਛੂਂਗੀ। ਹਾਂਜੀ ਸੋ ਆਪਾਂ ਪਹਿਲਾਂ ਸਟਾਰਟ ਕਰਦੇ ਹਾਂ ਕਿ ਆਉਣ ਤੱਕ ਦਾ ਡਿਸੀਜਨ ਜਾਂ ਜਿਹੜਾ ਆਪਾਂ ਲਿਆ ਸੀਗਾ ਉਹ ਆਪਾਂ ਕਿੱਦਾਂ ਲਿਆ ਹੈ। ਤੁਹਾਨੂੰ ਕੀ ਲੱਗਦਾ ਤੁਹਾਡਾ ਕਿੱਦਾਂ ਸੀ, ਤੁਸੀਂ ਕਿੱਦਾਂ ਆਏ? ਮੇਰਾ ਇਹੀ ਸੀਗਾ ਕਿ ਮੈਂ 12th ਕੀਤੀ ਸੀ, ਉਸ ਤੋਂ ਬਾਅਦ ਮੈਂ ਮੈਡੀਕਲ ਲਾਈਨ ਦੇ ਵਿੱਚ ਜਾਣਾ ਸੀ, ਬਟ ਮੈਨੂੰ ਇੱਕ ਬਹੁਤ ਖਰਾਬ ਸਲਾਹ ਮਿਲੀ ਉਸ ਟਾਈਮ ਕਿ ਤੂੰ ਡਾਕਟਰ ਬਣ ਜਾਏਂਗੀ, ਲੱਖ ਰੁਪਏ ਮਹੀਨੇ ਦਾ ਕਮਾ ਲਏਂਗੀ, ਫਿਰ ਕੀ ਆ, ਫਿਰ ਤੈਨੂੰ ਕਿੰਨੇ ਸਾਲ ਲੱਗ ਜਾਣਗੇ ਆਪਣਾ ਹਸਪੀਟਲ ਖੋਲਣ ਤੇ। ਹਾਲੇ ਕਿ ਪਾਪਾ ਵੀ ਮੈਡੀਕਲ ਲਾਈਨ ਦੇ ਵਿੱਚ ਸੀਗਾ, ਬਹੁਤ ਈਜ਼ੀ ਸੀਗਾ ਮੇਰੇ ਲਈ ਐਕਚੁਅਲ ਚ ਉੱਥੇ ਕਰੀਅਰ ਬਣਾਉਣਾ। ਡਾਕਟਰੀ ਲਾਈਨ ਦੇ ਵਿੱਚ ਮੇਰਾ ਇੰਟਰਸਟ ਵੀ ਸੀਗਾ, ਮੇਰੀ ਪੜ੍ਹਾਈ ਵੀ ਵਧੀਆ ਚੱਲਦੀ ਸੀਗੀ, ਸਭ ਕੁਝ ਵਧੀਆ ਸੀ, ਬਟ ਮੈਨੂੰ ਇੱਕ ਇੱਕ ਮਿਲ ਗਈ ਸਲਾਹ ਤੇ ਉਹ ਮੇਰੇ ਦਿਮਾਗ 'ਚ ਵੜ ਗਈ ਉਸ ਟਾਈਮ ਕਿ ਨਹੀਂ ਯਾਰ ਮੈਂ ਤੇ ਕੈਨੇਡਾ ਹੀ ਜਾਣਾ ਆ। ਸੋ ਉਹ ਡਿਸੀਜਨ ਮੈਨੂੰ ਇੱਥੇ ਲਾਇਆ। ਬਾਕੀ ਬਸ ਹੁਣ ਕਿੰਨੇ ਸਾਲ ਹੋ ਗਏ, 7-8 ਸਾਲ ਹੋ ਗਏ ਆਪਾਂ ਇੱਥੇ ਹੀ ਰਹਿੰਦੇ ਹਾਂ। ਮੈਡੀਕਲ ਦਾ ਵੈਸੇ ਵੀ ਇੱਥੇ ਔਖਾ ਹੀ ਹੈ ਨਾ। ਮੈਡੀਕਲ ਦਾ ਇੱਥੇ ਬਹੁਤ ਔਖਾ ਆ। ਜੇ ਤੁਸੀਂ ਕਹੋ ਕਿ ਤੁਸੀਂ ਇੰਡੀਆ ਦੀ ਪੜ੍ਹਾਈ ਕਰਕੇ, ਸਾਰਿਆਂ ਵਾਸਤੇ ਨਹੀਂ ਔਖਾ, ਬਟ ਹਾਂ ਕਈ ਬਹੁਤ ਮਿਹਨਤ ਵੀ ਕਰਦੇ ਆ। ਬਟ ਉਹੀ ਗੱਲ ਨਾ ਕਿ ਜਦੋਂ ਤੁਹਾਡੇ ਕੋਲ ਨਾਲ ਦੀ ਨਾਲ ਤੁਹਾਨੂੰ ਸਟਰਗਲ ਪੈਣਾ ਸ਼ੁਰੂ ਹੋ ਜਾਂਦਾ ਆ, ਫਿਰ ਉਸ ਟਾਈਮ ਤੁਸੀਂ ਇਹ ਵੇਂਦੇ ਹੋ ਕਿ ਮੈਂ ਯਾਰ ਪੜ੍ਹਾਈ ਕਰਾਂ ਕਿ ਮੈਂ ਵਰਕ ਕਰਾਂ ਕਿ ਮੈਂ ਕੀ ਮਤਲਬ ਘਰ ਦੇ ਖਰਚੇ ਚਲਾਵਾਂ, ਪਿੱਛੇ ਪੈਸੇ ਭੇਜਾਂ, ਫਿਰ ਉਹ ਚੀਜ਼ਾਂ 'ਚ ਬੰਦਾ ਨਾ ਉਹ ਲਾਈਕ ਬਾਉਂਡ ਹੁੰਦਾ ਜਾਂਦਾ ਆ, ਉਹਦੇ ਲਈ ਔਖਾ ਹੋ ਜਾਂਦਾ। ਬਟ ਹਾਂ ਕਈ ਆਪਣੇ ਵੀਰ ਭੈਣ ਹੈਗੇ ਜਿਹੜੀਆਂ ਲਾਈਕ ਬਹੁਤ ਮਿਹਨਤ ਕਰਦੇ ਆ, ਜਿਹਨਾਂ ਕੋਲ ਸਪੋਰਟ ਸਿਸਟਮ ਹੁੰਦਾ ਆ, ਆਪਣੇ ਆਪ ਨੂੰ ਖੁਦ ਮੋਟੀਵੇਟ ਰੱਖਦੇ ਆ, ਉਹ ਆਪਣਾ ਟੈਸਟ ਵਗੈਰਾ ਦੇ ਕੇ ਡਾਕਟਰੀ ਡਾਕਟਰੀ ਦੇ ਹਨਾ ਕਲੀਅਰ ਵੀ ਕਰ ਲੈਂਦੇ ਆ, ਸਾਰਾ ਕੁਝ ਕਰ ਲੈਂਦੇ ਆ। ਸੋ ਤੇ ਮੇਰਾ ਇਦਾਂ ਬਣਿਆ ਸੀ ਵੀ ਤੁਸੀਂ ਬਾਹਰ ਹੀ ਤੇ ਮੈਂ ਵੀ ਕੈਨੇਡਾ ਜਾਣਾ। ਤੇ ਪਾਪਾ ਕਹਿੰਦੇ ਹੁੰਦੇ ਵੀ ਇੱਥੇ ਵਧੀਆ ਸਗੋਂ ਪੜ੍ਹਾਈ ਕਰ ਲਾ, ਇੱਥੇ ਤੇਰਾ ਕੁਝ ਵਧੀਆ ਬਣ ਜਾਊਗਾ, ਸੌਖਾ ਰਹੇਗਾ, ਵੀ ਤੇਰੇ ਕੋਲ ਕਿਹੜੀ ਚੀਜ਼ ਦੀ ਘਾਟ ਆ। ਪਰ ਮੈਨੂੰ ਉਹ ਕੀੜਾ ਸੀ ਵੀ ਨਹੀਂ, ਮੈਂ ਕੈਨੇਡਾ ਹੀ ਜਾਣਾ, ਕੁਝ ਖਾਸ ਕੋਈ ਰੀਜ਼ਨ ਨਹੀਂ ਹੈਗਾ, ਬਸ ਮੈਨੂੰ ਹੀ ਵੀ ਕੈਨੇਡਾ ਜਾਵਾਂਗੇ, ਉੱਥੇ ਵਧੀਆ ਮੁਲਕ ਆ, ਆਜ਼ਾਦੀ ਆ, ਇਹ ਉੱਥੇ ਉਹ, ਐਸ਼ ਬੜੀ ਐਸ਼ ਆ, ਬੜੀ ਆ ਬੰਦਾ ਘੁੰਮਦਾ ਵੱਡੀਆਂ ਗੱਡੀਆਂ ਕੁਟੀਆਂ ਚ। ਯਾ ਪਰ ਮੈਨੂੰ ਲੱਗਦਾ ਵੀ ਠੀਕ ਹੀ ਡਿਸੀਜਨ ਬੇਸਡ ਔਨ ਕੇ ਜੇ ਆਪਾਂ ਫਾਈਨੈਂਸ਼ੀਅਲੀ ਗੱਲ ਕਰੀਏ, ਪਰ ਉਦਾਂ ਜੇ ਗੱਲ ਕਰੀਏ ਵੀ ਕਰੀਅਰ ਵਾਈਜ਼, ਫਿਰ ਮਤਲਬ ਹਰ ਕਿਸੇ ਨੂੰ ਅੱਜ ਮੈਨੂੰ ਵੀ ਉਸੇ ਲੈਵਲ ਤੋਂ ਸ਼ੁਰੂ ਕਰਨਾ ਪੈਂਦਾ ਜਿਸ ਲੈਵਲ ਤੋਂ ਹਰ ਕੋਈ ਸ਼ੁਰੂ ਕਰਦਾ। ਸੋ ਲਾਈਕ ਇਹ ਨਹੀਂ ਆ ਵੀ ਅਗਰ ਤੁਸੀਂ ਪੜ੍ਹੇ ਲਿਖੇ ਜ਼ਿਆਦਾ ਜੇ ਜਾਂ ਮਿਹਨਤ ਜ਼ਿਆਦਾ ਕੀਤੀ ਹੈ ਤੇ ਤੁਸੀਂ ਕਿਤੇ ਉੱਤੇ ਲੈਵਲ ਤੋਂ ਕਿਸੇ ਵਧੀਆ ਪੋਜੀਸ਼ਨ ਤੋਂ ਸ਼ੁਰੂ ਕਰ ਸਕਦੇ। ਸਾਰਿਆਂ ਨੂੰ ਬਾਟਮ ਤੋਂ ਸ਼ੁਰੂ ਕਰਨਾ ਪੈਂਦਾ, ਆਪਣਾ ਕਰੀਅਰ ਬਣਾਉਣਾ ਪੈਂਦਾ ਹੌਲੀ ਹੌਲੀ ਕਰਕੇ। ਬਿਲਕੁਲ। ਤੇ ਹੁਣ ਤੈਨੂੰ ਕੀ ਲੱਗਦਾ ਹੈ ਕਿ ਐਜ਼ ਅ ਸਟੂਡੈਂਟ ਤੂੰ ਆਇਆ ਆ, 2 ਸਾਲ ਤੇਰੀ ਸਟੱਡੀ ਦੇ ਵਿੱਚ ਨਿਕਲ ਗਿਆ, ਹੁਣ ਤੂੰ ਵਰਕ ਪਰਮਿਟ ਦੇ ਉੱਤੇ ਆਪਣੀ ਹਨਾ ਜੌਬ ਕਰ ਰਿਹਾ ਆ, ਸੋ ਇਜ਼ ਇਟ ਵਰਥ ਇਟ? ਕਿਉਂਕਿ ਹੁਣ ਜਿੱਦਾਂ ਤੂੰ ਜੌਬ ਕਰਦਾ ਆ ਤੇ ਜੋ ਤੂੰ ਬੰਨਣਾ ਚਾਹੁੰਦਾ ਹੈ, ਵੈਸੇ ਤਾਂ ਤੂੰ ਕੁਝ ਬੰਨਣਾ ਨਹੀਂ ਚਾਹੁੰਦਾ ਬੇਸਿਕਲੀ, ਕਰੀਅਰ ਤੇਰਾ ਲਾਈਕ ਚਿੱਲ ਮਾਰ ਹੈ ਨਹੀਂ ਹਨਾ, ਕਿ ਆਪਾਂ ਦਾ ਸ਼ੁਰੂ ਤੋਂ ਹੀ ਸੀਗਾ ਕਿ ਆਪਾਂ ਬਿਜ਼ਨਸ ਵਗੈਰਾ ਦੇ ਵਿੱਚ ਪੈਣਾ ਆ। ਲਿਓ। ਬਟ ਹੁਣ ਜਿੱਦਾਂ ਕਈਆਂ ਦਾ ਹੁੰਦਾ ਹੈ ਕਿ ਕਰੀਅਰ ਓਰੀਐਂਟਡ ਹੁੰਦੇ ਆ ਲੋਕ ਕਿ ਮੈਂ ਆਪਣੀ ਲਾਈਫ ਦੇ ਵਿੱਚ ਡਾਕਟਰ ਬੰਨਣਾ ਹੈ, ਮੈਂ ਇੰਜੀਨੀਅਰ ਬੰਨਣਾ ਹੈ, ਉਸ ਹਿਸਾਬ ਨਾਲ ਜੇ ਆਪਾਂ ਸੋਚਿਆ ਜਾਵੇ, ਹੁਣ ਤੇਰਾ ਕੀ ਵਿਚਾਰ ਆ ਕਿ ਲਾਈਕ ਉਹ ਵਧੀਆ ਵਾ, ਵਰਥ ਆ ਇੱਥੇ? ਕਿਉਂਕਿ ਹੁਣ ਐਜ਼ ਅ ਜਿੱਦਾਂ ਤੂੰ ਫਾਈਲ ਲਗਾਉਣੀ ਆਪਣੀ, ਤੈਨੂੰ ਉਹ ਜੌਬ ਕਰਨੀ ਪੈਣੀ ਜਿਸ 'ਚ ਤੇਰੀ ਫਾਈਲ ਲੱਗ ਜੇ, ਤੇ ਜੇ ਤੂੰ ਇਹ ਡਿਸਾਈਡ ਕਰੇ ਕਿ ਤੈਨੂੰ ਆਪਣੇ ਕਰੀਅਰ ਤੇ ਫੋਕਸ ਰੱਖ ਕੇ ਉਹੀ ਵਾਲੀ ਜੌਬ ਲੱਭਣੀ ਆ, ਉਹ ਬਹੁਤ ਔਖੀ ਵੀ ਹੋ ਜਾਂਦੀ ਆ, ਲੱਭਦੀ ਵੀ ਨਹੀਂ ਹੈਗੀ, ਤੇ ਉਹਦੇ ਬਾਰੇ ਦੱਸ ਕੁਝ ਕਿ ਵਰਥ ਆ ਕਿ ਨਹੀਂ। ਮੈਨੂੰ ਲੱਗਦਾ ਵੀ ਇਹ ਡਿਪੈਂਡ ਕਰਦਾ ਅਸਲ 'ਚ,
ਵੀ ਕਈ ਜਣਿਆਂ ਨੂੰ ਸੌਖੀ ਲੱਭ ਵੀ ਜਾਂਦੀ ਆ, ਕਈ ਜਣਿਆਂ ਨੂੰ ਨਹੀਂ ਵੀ ਲੱਭਦੀ। ਐਂਡ ਦੂਸਰੀ ਚੀਜ਼ ਇਹ ਵੀ ਹੈ ਕਿ ਜਿੱਦਾਂ ਜੇ ਆਪਾਂ ਕਹੀਏ ਵੀ ਕਰੀਅਰ ਵਾਈਜ਼ ਕੈਨੇਡਾ ਦੇ ਹਿਸਾਬ ਨਾਲ, ਫਿਰ ਓਪਰਚੁਨਿਟੀਜ਼ 100% ਵੀ ਪੰਜਾਬ 'ਚ ਜ਼ਿਆਦੀਆਂ ਹੀ ਕੈਨੇਡਾ ਨਾਲੋਂ। ਕੈਨੇਡਾ 'ਚ ਓਪਰਚੁਨਿਟੀਜ਼ ਥੋੜ੍ਹੀਆਂ ਰਿਸਟ੍ਰਿਕਟਡ ਆ, ਤੇ ਨਾਲੇ ਵੈਸੇ ਵੀ ਮਤਲਬ ਤੁਸੀਂ ਕੋਈ ਵੀ ਡਿਸੀਜਨ ਲੈਂਦੇ ਜੇ ਕੈਨੇਡਾ ਦੇ ਵਿੱਚ, ਤੁਹਾਨੂੰ ਬੜਾ ਸੋਚ ਸੋਚ ਕੇ ਲੈਣਾ ਪੈਂਦਾ। ਕਈ ਵਾਰੀ ਤੁਹਾਡਾ ਕਰੀਅਰ ਪਾਥ ਹੁੰਦਾ ਵੀ ਤੁਸੀਂ ਪਾਇਲਟ ਬਣਨਾ, ਪਰ ਫਿਰ ਤੁਸੀਂ ਮਤਲਬ ਹੋਰ, ਕਿਉਂਕਿ ਘਰ ਦਾ ਵੀ ਖਰਚਾ, ਫਿਰ ਪਿੱਛੋਂ ਘਰਦਿਆਂ ਨੂੰ ਵੀ ਸਪੋਰਟ ਕਰਨੀ, ਹੋਰ ਵੀ ਸਾਰੀਆਂ ਚੀਜ਼ਾਂ ਦੇ ਬੇਸਡ ਆਨ ਵੀ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਜ਼ਿਆਦੀਆਂ ਓਪਰਚੁਨਿਟੀ ਸੀ। ਪਰ ਜੇ ਆਪਾਂ ਇੱਥੇ ਦੀ ਗੱਲ ਕਰੀਏ ਜੋਬਸ ਵਗੈਰਾ, ਤੇ ਮੈਨੂੰ ਤਾਂ ਮਿਲ ਹੀ ਗਈਆਂ ਜੋਬਾਂ, ਮੈਨੂੰ ਤਾਂ ਬਥੇਰੀਆਂ ਮਿਲ ਗਈਆਂ ਆਪ ਕਾਫੀ ਚੇਂਜ ਵੀ ਕੀਤੀਆਂ ਆਪਣੀਆਂ ਜੋਬਾਂ। ਸੋ ਇੱਕ ਇਹ ਵੀ ਚੀਜ਼ ਹੁੰਦੀ ਆ ਕਿ 90% ਜਿਹੜੇ ਸਟੂਡੈਂਟਸ ਆਉਂਦੇ ਆ ਉਹ ਬੰਨਾ ਕੁਝ ਹੋਰ ਚਾਹੁੰਦੇ ਹੁੰਦੇ ਆ, ਬਟ ਯੂ ਨੋ ਉੱਥੋਂ ਆਉਣ ਦੀ ਇੰਨੀ ਕੁ ਜ਼ਿਆਦਾ ਸਾਰਿਆਂ ਨੂੰ ਉਹ ਇੱਕ ਕੀ ਕਹਿੰਦੇ ਆਪਾਂ ਲਾਈਕ ਕਾਹਲੀ ਹੁੰਦੀ ਆ ਜਾਂ ਐਕਸਾਈਟਮੈਂਟ ਹੁੰਦੀ ਆ ਕਿ ਕੋਈ ਮੈਡੀਕਲ ਵਾਲਾ ਬੱਚਾ ਨਾ ਉਹਨੇ ਕਹਿਣਾ ਕਿ ਮੈਂ ਕੈਨੇਡਾ ਜਾਣਾ ਵਾ, ਤੂੰ ਮੈਨੂੰ ਬਿਜ਼ਨਸ 'ਚ ਹੀ ਲੈ ਕੇ ਦੇ ਦੇ, ਮੈਨੂੰ ਸੀਟ ਦਵਾ ਦਿਓ, ਮੈਂ ਕੈਨੇਡਾ ਪਹੁੰਚ ਜਾ। ਮਤਲਬ ਲਾਈਫ ਦਾ ਮੋਟਿਵ ਫਿਰ ਉਹ ਹੋ ਜਾਂਦਾ, ਮੈਂ ਵੀ ਇਦਾਂ ਹੀ ਇਦਾਂ ਹੀ ਸੀਗਾ ਹਨਾ। ਤੇ ਇੱਥੇ ਆਣ ਕੇ ਮੋਟਿਵ ਕਿੱਦਾਂ ਚੇਂਜ ਹੁੰਦਾ ਯਾਰ? ਫਿਰ ਬੰਦਾ ਬਿਜ਼ੀ ਹੋ ਜਾਂਦਾ ਯਾਰ, ਮੈਂ ਪੱਕੇ ਹੋਣਾ ਵਾ, ਮੈਂ PR ਹੋਣਾ ਵਾ, ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਆ ਹਨਾ। ਤੇ ਕਿਉਂਕਿ ਆਪਾਂ ਆਪਣਾ ਘਰ ਵੀ ਚਲਾਉਣਾ, ਇੱਥੇ ਵੀ ਘਰ ਬਾਰ ਬਣਾਉਣਾ ਹੁੰਦਾ, ਇੰਡੀਆ ਵੀ ਪੈਸੇ ਭੇਜਣੇ ਆ ਪੇਰੈਂਟਸ ਵਾਸਤੇ, ਖਾਸ ਕਰਕੇ ਮੁੰਡਿਆਂ ਵਾਸਤੇ ਯਾਰ। ਮਤਲਬ ਮੁੰਡਿਆਂ ਲਈ ਇੱਕ, ਬੇਸ਼ੱਕ ਕਿ ਅੱਜ ਕੱਲ ਕੁੜੀਆਂ ਸਾਰੀਆਂ ਬਰਾਬਰ ਆ, ਪਰ ਮੁੰਡਿਆਂ ਲਈ ਜ਼ਿਆਦਾ ਮਤਲਬ ਆਪਾਂ ਰਿਸਪੋਂਸਿਬਿਲਿਟੀ ਹੁੰਦੀ, ਹਾਂ ਜ਼ਿਆਦਾ ਰਿਸਪੋਂਸਿਬਿਲਿਟੀ ਹੋ ਜਾਂਦੀ ਹੈ ਕਿਉਂਕਿ ਆਪਣੀ ਸੋਸਾਇਟੀ ਦੇ ਵਿੱਚ ਉਹ ਬਣੀ ਚੀਜ਼ ਹੈ ਕਿ ਹਨਾ ਮੁੰਡੇ ਜਿਹੜੇ ਆ ਫੈਮਿਲੀਜ਼ ਚਲਾਉਂਦੇ ਆ, ਮੁੰਡਿਆਂ ਦੇ ਉੱਤੇ ਜ਼ਿਆਦਾ ਸਟ੍ਰੈਸ ਹੋ ਜਾਂਦਾ ਫਾਈਨੈਂਸ਼ੀਅਲੀ ਤੇ ਲਾਈਫ 'ਚ ਕੁਝ ਬਣਨ ਦਾ। ਹੁਣ ਆਪਾਂ ਅਗਲਾ ਕੁਐਸਚਨ ਪੁੱਛਦੇ ਹਾਂ ਤੁਹਾਨੂੰ ਕਿ ਕਾਲਜ ਦਾ ਇਨਵਾਇਰਮੈਂਟ ਕਿੱਦਾਂ ਸੀ, ਐਜੂਕੇਸ਼ਨ ਸਿਸਟਮ ਕਿੱਦਾਂ ਵਾ, ਪੜ੍ਹਨਾ ਪੜ੍ਹਨਾ ਪੈਂਦਾ ਕਿ ਨਹੀਂ, ਐਸ਼ ਹੀ ਆ ਕਾਲਜਾਂ ਦੇ ਵਿੱਚ, ਕੀ ਹਿਸਾਬ ਕਿਤਾਬ? ਮੈਨੂੰ ਲੱਗਦਾ ਵੀ ਇਹ ਤੇ ਮਿੱਥੀ ਆ ਪੰਜਾਬ ਤੇ, ਬਸ ਤੁਸੀਂ ਜਾਂਦੇ ਜੇ ਇੰਨੀ ਔਖੀ ਪੜ੍ਹਾਈ ਨਹੀਂ ਹੈ, ਇਹ ਨਹੀਂ ਕਰਨਾ ਪੈਂਦਾ, ਉਹ ਨਹੀਂ ਕਰਨਾ ਪੈਂਦਾ। ਪੜ੍ਹਾਈ ਠੀਕ ਆ, ਹਾਂ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਕੁ ਆਉਟਪੁੱਟ ਕੀ ਲੈਣਾ ਚਾਹੁੰਦੇ। ਜੇ ਮਤਲਬ ਫਾਈਨਲ ਗੋਲ ਹੈ ਵੀ ਇਕੱਲੀ PR ਹੀ ਲੈਣੀ ਆ, ਫਿਰ ਤਾਂ ਤੁਸੀਂ ਜੋ ਮਰਜ਼ੀ ਲੈ ਕੇ ਆ ਜਾਂਦੇ। ਮੈਂ ਜਦੋਂ ਨਵਾਂ ਨਵਾਂ ਆਇਆ ਨਾ, ਪਹਿਲੇ ਸਮੈਸਟਰ 'ਚ ਮੈਨੂੰ ਕਿਸੇ ਨੇ ਕਿਹਾ ਸੀ ਵੀ ਪੜ੍ਹਨ ਪੁੜਨ ਦੀ ਲੋੜ ਨਹੀਂ ਪੈਂਦੀ, $600 ਤੋਂ $800 ਲੱਗਦਾ ਵਾ ਤੇ ਉਹ ਕੋਰਸ ਕਲੀਅਰ ਕਰਾ ਦਿੰਦੇ, ਪਰ ਤੁਸੀਂ ਫਿਰ ਮਨਾ ਕਰ। ਮੈਂ ਕਿਹਾ ਸੀ ਇੰਨੇ ਪੈਸੇ ਦੇਣੇ ਕਿੱਥੋਂ? ਆਹੋ, ਤੇ ਉਹ ਚੀਜ਼ ਸਹੀ ਆ ਵੀ ਜੇ ਤੁਸੀਂ ਕੁਝ ਵੀ ਗੋਲ ਬਾਰੇ ਨਹੀਂ ਸੋਚਦੇ ਆਪਣੇ ਲਾਈਫ ਗੋਲ ਬਾਰੇ, ਤੇ ਸਿਰਫ PR ਹੋਣਾ ਤੇ ਚਾਰ ਪੈਸੇ ਕਮਾਉਣ ਤੱਕ ਹੀ ਆ, ਫਿਰ ਤਾਂ ਯਾਰ ਠੀਕ ਆ ਵੀ ਪੜ੍ਹਾਈ ਨਹੀਂ ਵੀ ਆ। ਪਰ ਜੇ ਤੁਹਾਡੇ ਜੀਵਨ 'ਚ ਕੁਝ ਗੋਲਸ ਹੈਗੇ ਆ ਵੀ ਹਾਂ ਤੁਸੀਂ ਪਿੱਛੇ ਘਰ ਨੂੰ ਸਪੋਰਟ ਕਰਨਾ, ਤੇ ਆਪ ਵੀ ਸੌਖੇ ਰਹਿਣਾ ਵੀ ਆਪ ਆ ਨਹੀਂ ਵੀ ਇਕੱਲਾ ਕੰਮ ਹੀ ਕਰੀ ਜਾਣਾ ਤੇ ਘਰਦਿਆਂ ਨੂੰ ਪੈਸੇ ਭੇਜੀ ਜਾਣੇ, ਫਿਰ ਯਾ ਉਹ ਚੀਜ਼ ਤੁਹਾਡੇ ਤੇ ਆ। ਪਰ ਜੇ ਤੁਹਾਡੇ ਗੋਲਸ ਆ, ਫਿਰ ਮਤਲਬ ਅਗਰ ਤੁਸੀਂ ਇੱਕ ਕਰੀਅਰ ਪਾਥ ਚੂਜ਼ ਕਰਦੇ ਜੇ ਉਹਨੂੰ ਪ੍ਰੋਪਰਲੀ ਫੋਲੋ ਕਰੋ, ਤੇ ਉਹ ਚੀਜ਼ਾਂ ਸਹੀ ਰਹਿੰਦੀਆਂ ਮੇਰੇ ਹਿਸਾਬ ਨਾਲ ਵੀ ਜਦੋਂ ਇਨ ਟਰਮਸ ਆਫ ਕਾਲਜ। ਬਾਕੀ ਐਜੂਕੇਸ਼ਨ ਜੇ ਰੈਗੂਲਰ ਪੜ੍ਹੀ ਜਾਈਏ ਜਾਂ ਹਫਤੇ 'ਚ 2-3 ਦਿਨ ਮਿਹਨਤ ਮਾਰਦੇ, ਫਿਰ ਨਹੀਂ ਔਖੀ ਪੜ੍ਹਾਈ। ਔਖੀ ਨਹੀਂ ਹੈ ਐਜੂਕੇਸ਼ਨ, ਓਨੈਸਟਲੀ ਇੱਥੇ ਦੀ ਐਜੂਕੇਸ਼ਨ ਨਹੀਂ ਔਖੀ, ਇੱਥੇ ਇੱਕ ਸਿਸਟਮ ਆ। ਜਦੋਂ ਅਸੀਂ CBSE ICSE ਪੈਟਰਨ ਚੋਂ ਪੜ੍ਹ ਕੇ ਆਉਂਦੇ ਹਾਂ ਸਕੂਲਾਂ ਚੋਂ ਹਨਾ, ਉੱਥੇ ਬਿਲਕੁਲ ਵੱਖਰਾ ਇੱਕ ਸਟਰਕਚਰ ਆ, ਇੱਥੇ ਇੱਕ ਬਿਲਕੁਲ ਵੱਖਰਾ ਸਟਰਕਚਰ ਆ। ਇੱਥੇ 2 ਸਾਲ ਬੱਚਿਆਂ ਨੂੰ, ਇੰਟਰਨੈਸ਼ਨਲ ਸਟੂਡੈਂਟ ਨੂੰ ਇਹੀ ਸਮਝਣ ਤੇ ਲੱਗ ਜਾਂਦੇ ਆ ਕਿ ਸਟਰਕਚਰ ਕੀ ਆ। ਲਾਈਕ ਜਿਹਨੂੰ ਸਟਰਕਚਰ ਸਮਝ ਲੱਗ ਗਿਆ ਉਹਦੇ ਲਈ ਇੱਥੇ ਦੀ ਪੜ੍ਹਾਈ ਬਹੁਤ ਸੌਖੀ ਹੈ। ਓਨੈਸਟਲੀ ਜਿੱਦਾਂ ਮੈਂ ਤੁਹਾਨੂੰ ਦੱਸਦੀ ਹੁੰਦੀ ਹਾਂ, ਮੈਂ ਜਦੋਂ ਮੈਂ ਇੰਟਰਨੈਸ਼ਨਲ ਸਟੂਡੈਂਟ ਆਈ ਸੀ, ਮੈਂ ਸੈਕਿੰਡ ਸਮੈਸਟਰ ਵੀ ਕਰ ਲਿਆ ਸੀਗਾ, ਤੇ ਮੈਨੂੰ ਉਸ ਟਾਈਮ ਤੱਕ ਜਦੋਂ ਮੈਂ 3rd ਦੇ ਵਿੱਚ ਅਨਰੋਲ ਕਰਨ ਲਈ ਕੋਰਸਿਸ ਲੱਭਦੀ ਪਈ ਸੀ, ਉਦੋਂ ਤੱਕ ਮੈਨੂੰ ਇਹ ਚੀਜ਼ ਨਹੀਂ ਪਤਾ ਲੱਗੀ, ਸਟਰਕਚਰ ਹੀ ਨਹੀਂ ਸਮਝ ਆਇਆ ਕਿ ਯਾਰ ਕ੍ਰੈਡਿਟ ਇਕੱਠੇ ਕਰਨੇ ਹੁੰਦੇ। ਮਤਲਬ ਤੁਹਾਡੇ ਕੋਲ ਨਾ 60 ਕ੍ਰੈਡਿਟ ਹੋਣੇ ਚਾਹੀਦੇ ਆ, ਫਿਰ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ। ਉਹ ਤੇ ਚਲੋ ਗੁਰਸਾਹਿਬ ਦੀ ਕਿਰਪਾ ਨਾਲ ਕਿ ਮਤਲਬ ਮੈਂ ਆਪਣੇ ਕੋਰਸ ਆਟੋਮੈਟਿਕਲੀ ਉਦਾਂ ਦੇ ਪੂਰੇ ਕਰ ਲਏ ਸੀਗੇ ਕਿ ਮੇਰੇ ਸਹੀ ਜਾ ਰਹੀ ਸੀਗੀ ਮੈਂ, ਪਰ ਫਿਰ ਵੀ ਮੈਨੂੰ ਯੂ ਨੋ ਇੱਕ ਮਤਲਬ ਮੈਥ 'ਚ ਪ੍ਰੋਬਲਮ ਹੀ ਜਿੱਦਾਂ ਮੇਰੀ ਹੈਗੀ ਆ, ਉਹਦੇ ਕਰਕੇ ਮੈਨੂੰ ਇੱਕ ਐਕਸਟਰਾ ਸਮੈਸਟਰ ਵੀ ਲਾਣਾ ਪਿਆ ਸੀਗਾ। ਬਟ ਇਹ ਆ ਕਿ ਫੇਲ ਨਹੀਂ ਹੋਏ, ਦੱਸਦੇ ਵੀ ਫੇਲ ਨਹੀਂ ਹੋਏ, ਉਹ ਤਾਂ ਕੋਰਸ ਨਹੀਂ ਹੀ ਪੂਰੇ ਲਏ ਵੀ 5-5 ਕਰਕੇ ਚੌਂਹਾਂ 'ਚ ਮੁੱਕਣਾ, ਤੇ ਫਿਰ ਉਹ ਲਏ 3-2 3-2 ਕਿਉਂਕਿ ਸਾਨੂੰ ਮੈਨੂੰ ਪਤਾ ਨਹੀਂ ਸੀਗਾ ਪਰਸਨਲੀ ਕਿ ਕ੍ਰੈਡਿਟ ਉਹ ਬਣਾਉਣੇ ਹੁੰਦੇ ਆ। ਬਟ ਜਿੱਦਾਂ ਹੁਣ ਤੂੰ ਆਇਆ ਸੀ, ਤੈਨੂੰ ਆਪਾਂ ਪਹਿਲੀਆਂ ਚੀਜ਼ ਇਹ ਚੀਜ਼ ਦੱਸਤੀ, ਸਿਸਟਮ ਸਮਝਾ ਦਿੱਤਾ ਸੀ ਸਾਨੂੰ 2 ਸਾਲ ਜਦੋਂ ਅਸੀਂ ਨਿਕਲ ਗਏ ਕਾਲਜ 'ਚ, ਉਦਣ ਸਮਝ ਲੱਗੀ ਕਿ ਇੱਥੇ ਕੋਈ ਸਿਸਟਮ ਹੈ ਜਿਹੜਾ ਫੋਲੋ ਕਰਨਾ। ਪਰ ਨਾਲੇ ਯਾਰ ਨਵੇਂ ਆਏ ਬੰਦਿਆਂ ਨੂੰ ਉਹ ਵੀ ਪਤਾ ਹੁੰਦਾ ਵੀ ਗਲਾਈਕੋ ਪੇਪਰ ਨਹੀਂ ਐਂਡ ਤੇ ਹੋਣਾ, ਹਰ ਹਫਤੇ ਦੇ ਨੰਬਰ ਲੱਗ ਲੱਗ ਕੇ ਐਂਡ ਵਾਲਾ ਪੇਪਰ, ਮਤਲਬ ਮੋਸਟ ਆਫ ਦ ਕਾਲਜਸ 'ਚ 30%, 20% ਜਾਂ 50% ਹੁੰਦਾ, ਬਾਕੀ ਤਾਂ ਸਾਰਾ ਵੀ ਲਾਈ ਹਫਤੇ ਬਾਅਦ ਜਿਹੜੀ ਅਸਾਈਨਮੈਂਟ ਕਰਨੀ ਉਹਦਾ। ਤੇ ਮੈਨੂੰ ਜਦੋਂ ਮੈਂ ਪਹਿਲੇ ਸਮੈਸਟਰ 'ਚ ਕੈਮਿਸਟਰੀ ਲਈ ਸੀਗੀ, ਉਹਨੇ ਨਾ ਇੰਡੀਅਨ ਹੀ ਸਟਰਕਚਰ ਗਿਆ ਇੰਸਟਰਕਟਰ ਸੀਗਾ ਆਪਣਾ, ਤੇ ਉਹਨੇ ਮਤਲਬ ਸਾਨੂੰ ਦੱਸਿਆ ਸੀਗਾ ਕਿ ਤੁਹਾਡੇ ਨਾ 20% ਦਾ ਮਿਡ ਟਰਮ ਆ,
ਫਲਾਣੇ ਪਰਸੈਂਟ ਦਾ ਆ ਐਗਜ਼ਾਮ ਆ ਤੇ ਅਸੀਂ ਬੜਾ ਲਾਈਟਲੀ ਜਿਹਾ ਲਿਆ ਕਿਉਂਕਿ ਇੰਡੀਆ ਵੀ ਤੇ ਹੁੰਦੇ ਆ ਸਕੂਲਾਂ ਦੇ ਵਿੱਚ ਐਗਜ਼ਾਮ ਜੇ ਸਿੰਪਲ ਜੇ ਅਸੀਂ ਸੋਚਿਆ ਚੱਲ ਕੋਈ ਗੱਲ ਨਹੀਂ ਪੇਪਰ ਚ ਪਾ ਲਾਂਗੇ ਪਰ ਉਹ ਪਤਾ ਲੱਗਾ ਉਦੋਂ ਜਦੋਂ ਮੇਰੇ ਜਦੋਂ ਮੈਨੇ ਫਾਈਨਲ ਸਾਰਾ ਕੁਝ ਕਰ ਕੁਰਿਆ ਕੇ ਮੇਰੇ ਸਿਰਫ 60% ਬਣੇ ਤੇ ਆਈ ਵਾਸ ਲਾਈਕ ਕਿ ਯਾਰ ਪੇਪਰ ਤੇ ਬੜਾ ਵਧੀਆ ਹੋਇਆ ਸੀ ਕੀ ਗੱਲ ਕਿਉਂ ਨਹੀਂ ਬਣੀ ਐਂਡ ਦੈਨ ਮੈਨੂੰ ਰਿਅਲਾਈਜ਼ ਹੋਇਆ ਕਿ ਯਾਰ ਜਿਹੜੇ ਪਹਿਲਾਂ ਤੂੰ ਨੰਬਰ ਘੱਟ ਲਏ ਆ ਨਾ ਲਾਈਕ ਟੈਸਟਾਂ ਟੁਸਟਾਂ ਦੇ ਵਿੱਚ ਉਹ ਜ਼ਿਆਦਾ ਜ਼ਰੂਰੀ ਸੀਗੇ ਨਾਲ ਦੀ ਨਾਲ ਹਨਾ ਤੇ ਹੋਰ ਫਿਰ ਮੂਡਲ ਬਾਰੇ ਸਾਰੀਆਂ ਚੀਜ਼ਾਂ ਕਹਿ ਦਿੰਦੇ ਵੀ ਆਪੇ ਕਰੋ ਆਪੇ ਕੋਰਸ ਇਨਰੋਲ ਕਰੋ ਆਪੇ ਫੀਸ ਪੇ ਕਰੋ ਆਪੇ ਟਾਈਮ ਟੇਬਲ ਸਕੈਜੂਅਲ ਬਣਾਓ ਆਪੇ ਇੰਸਟ੍ਰਕਟਰਾਂ ਵੇਖੋ ਕਲਾਸ ਵੇਖੋ ਸਭ ਕੁਝ ਕਾਲਜ ਤੇ ਉੱਥੇ ਸਾਰਾ ਪਾਪਾ ਕਰਦੇ ਹੀ ਆਹੋ ਪਾਪਾ ਜਾ ਕੇ ਪਾਪਾ ਨੇ ਫੀਸ ਭਰਾਉਣੀ ਪਾਪਾ ਨੇ ਟੀਚਰਾਂ ਨਾਲ ਗੱਲ ਕਰਾਉਣੀ ਪਹਿਲੇ ਦਿਨ ਯਾਰ ਦੋਸਤ ਬਣਾ ਲਈਏ ਆਪਾਂ ਪੜ੍ਹ ਕੇ ਫੇਰ ਲਵਾਂਗੇ ਤੇ ਉਹ ਚੀਜ਼ ਕਰਕੇ ਵੀ ਕਈ ਜਣਿਆਂ ਨੂੰ ਸਟਰਗਲ ਹੁੰਦਾ ਵਾ ਮੈਂ ਤੇ ਜਿੰਨਿਆਂ ਨੂੰ ਵੀ ਮਿਲਦਾ ਆਪਣੇ ਯਾਰਾਂ ਦੋਸਤਾਂ ਨੂੰ ਕੋਰਸ ਇਨਰੋਲਮੈਂਟ ਚ ਤੇ ਮੂਡਲ ਦੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਆ ਤੇ ਉਹਦੇ ਕਰਕੇ ਬੈਸਟ ਇਹੋ ਰਹਿੰਦਾ ਵੀ ਪਹਿਲੇ ਦੋ ਚਾਰ ਦਿਨ ਦੋਸਤ ਆਪਾਂ ਤੇ ਫਿਰ ਵੀ ਬਣ ਜਾਂਦੇ ਆ ਪਹਿਲਾਂ ਆਪਾਂ ਪੜ੍ਹਾਈ ਜਿਹੜਾ ਕੰਮ ਮੇਨ ਕਰਨਾ ਆ ਉਹਦੇ ਵੱਲ ਧਿਆਨ ਦੇ ਲਈਏ ਤੇ ਨਾਲੇ ਜਿੱਦਾਂ ਹੁਣ ਓਰੀਐਂਟੇਸ਼ਨ ਹੁੰਦੀ ਆ ਉਹ 90% ਬੱਚਿਆਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਚੱਲਣ ਕੀ ਦਿਆ ਵਾ ਪਹਿਲਾਂ ਤੇ ਪਤਾ ਨਹੀਂ ਲੱਗਦਾ ਵੀ ਯਾਰ ਇਹ ਆਪਾਂ ਇੰਗਲਿਸ਼ ਉੱਤੇ ਹੋਰ ਹਿਸਾਬ ਦੀ ਬੋਲਦੇ ਹਾਂ ਹਨਾ ਇੱਥੇ ਆ ਕੇ ਇੰਗਲਿਸ਼ ਟੋਟਲੀ ਡਿਫਰੈਂਟ ਆ ਉਹ ਪਹਿਲਾਂ ਉਹਨਾਂ ਦਾ ਐਕਸੈਂਟ ਸਮਝਣ 'ਚ ਸਭ ਕੁਝ ਉਹਦੇ ਪ੍ਰੋਬਲਮ ਹੁੰਦੀ ਫਿਰ ਜਦੋਂ ਉਹਨੂੰ ਸਮਝ ਲੱਗਦੀ ਉਦੋਂ ਅੱਧਾ ਸਮੈਸਟਰ ਨਿਕਲ ਗਿਆ ਅੱਧਾ ਸਮੈਸਟਰ ਬਿਲਕੁਲ ਅੱਧੀ ਪੜ੍ਹਾਈ ਆਪਣੀ ਉਦੋਂ ਤੱਕ ਡਨ ਹੋ ਗਈ ਹੁੰਦੀ ਆ ਹਨਾ ਤੇ ਬਾਕੀ ਫਿਰ ਜੋਬਸ ਦਾ ਕਿੱਦਾਂ ਆ ਕੈਨੇਡਾ ਦੇ ਵਿੱਚ ਜੋਬਸ ਆ ਅੱਜ ਕੱਲ ਕਿੱਦਾਂ ਆ ਜਦੋਂ ਤੂੰ ਪੜ੍ਹਾਈ ਕਰਦਾ ਸੀ ਉਸ ਟਾਈਮ ਕੀ ਮਾਹੌਲ ਸੀਗਾ ਉਹਦੇ ਬਾਰੇ ਕੁਝ ਦੱਸੋ ਮੈਂ ਜਦੋਂ ਹੁਣ ਦੀ ਗੱਲ ਕਰੀ ਹੁਣ ਤਾਂ ਚਲੋ ਸਾਰਿਆਂ ਦਾ ਹੀ ਔਖਾ ਜੋਬ ਦਾ ਔਖਾ ਵਾ ਬਾਕੀ ਰਾਮਦਾਸ ਪਾਸ਼ਾ ਕਿਰਪਾ ਕਰਨ ਤੇ ਮਿਲ ਵੀ ਜਾਂਦੀ ਕਈ ਜਣੇ ਨੂੰ ਹੈਗੇ ਮੇਰੇ ਯਾਰ ਦੋਸਤ ਜਿਹਨਾਂ ਦੇ ਮਾਰੇ ਦੀ ਕਿਰਪਾ ਹੋਈ ਤੇ ਉਹਨਾਂ ਨੂੰ ਮਤਲਬ ਹਫਤੇ 'ਚ ਜੋਬ ਮਿਲ ਗਈ ਦੂਜੇ ਚੌਥੇ ਦਿਨ ਜੋਬ ਮਿਲ ਗਈ ਜਾਂ ਜਿਹਨਾਂ ਨੇ ਕੰਸਟਰਕਸ਼ਨ 'ਚ ਕੰਮ ਕੀਤਾ ਉਹ ਤਾਂ ਮਤਲਬ ਆ ਕੇ 6-7 ਮਹੀਨਿਆਂ 'ਚ ਵਧੀਆ ਪੈਸੇ ਕਮਾ ਕੇ ਭੇਜਣ ਵੀ ਲੱਗ ਪਏ ਹਨਾ ਤੇ ਪਰ ਇਹ ਆ ਜਿੱਦਾਂ ਹੁਣ ਕਈ ਜ਼ਿਆਦਾਤਰ ਸਾਡਿਆਂ ਕੀ ਹੁੰਦਾ ਵੀ ਯਾਰ ਸਟੋਰ ਤੇ ਲੱਗ ਜਾਈਏ ਵੀ ਥੋੜਾ ਸੌਖਾ ਕੰਮ ਕਰ ਲਈਏ ਉਹ ਹੁਣ ਜਿੱਦਾਂ ਬ੍ਰੈਮਟਨ ਸਰੀ ਵਾਲੇ ਬੰਨੇ ਉੱਥੇ ਜੀ ਦੋਸਤ ਦੱਸਦੇ ਆ ਵੀ ਪਿੱਛੇ 'ਚ ਕਾਫੀ ਔਖਾ ਰਿਹਾ ਹੁਣ ਵੀ ਬੜੇ ਜਣਿਆਂ ਦਾ ਔਖਾ ਕਿਉਂਕਿ ਸਟੂਡੈਂਟ ਜ਼ਿਆਦਾ ਆਉਂਦੇ ਉਸ ਹਿਸਾਬ ਨਾਲ ਉਹ ਜੋਬਾਂ ਨਹੀਂ ਦਿੰਦੇ ਜਾਂ ਫਿਰ ਮਤਲਬ ਡਿਸਕ੍ਰਿਮੀਨੇਸ਼ਨ ਵਗੈਰਾ ਦਾ ਹਿਸਾਬ ਹਨਾ ਤੇ ਪਰ ਇਹ ਮੈਨੂੰ ਮਾਰੇ ਦੀ ਕਿਰਪਾ ਨਾਲ ਬਥੇਰੀਆਂ ਜੋਬਾਂ ਮਿਲ ਗਈਆਂ ਮੈਂ ਆਪ ਹੀ ਬੜੀਆਂ ਛੱਡੀਆਂ ਚੇਂਜ ਬਹੁਤ ਕੀਤੀਆਂ ਇਹਨੇ ਇੰਨੀਆਂ ਜੋਬਸ ਚੇਂਜ ਕੀਤੀਆਂ ਬਸ 2 ਮਹੀਨੇ ਕੰਮ ਕਰਦਾ ਸੀ ਗੱਲ ਨਹੀਂ ਬਣੀ ਚੱਲ ਯਾਰ ਚੇਂਜ ਕਰ ਲਓ ਉਹਦਾ ਇਫੈਕਟ ਦਾ ਦੱਸ ਕਿ ਉਹਦਾ ਕੋਈ ਇਫੈਕਟ ਪਿਆ ਤੈਨੂੰ ਵਰਕ ਪਰਮਿਟ ਲੈਣ ਚ ਜਾਂ ਕਿੱਦਾਂ ਮੈਨੂੰ ਵਰਕ ਪਰਮਿਟ ਤੇ ਜ਼ਿਆਦਾ ਇਫੈਕਟ ਪਿਆ ਕਿਉਂਕਿ ਸਾਰੀਆਂ ਫਿਰ 2-2 ਮਹੀਨੇ ਦੀਆਂ ਪੇ ਸਟੱਪਾਂ ਕਲੈਕਟ ਕਰੋ ਹੁਣ ਜਿੱਦਾਂ ਮੈਂ ਵਰਕ ਪਰਮਿਟ ਤੇ ਵੀ ਜੋਬ ਲੈਣੀ ਉਹ ਫਿਰ ਵਹਿੰਦੇ ਆ ਵੀ ਜੇ ਤੁਸੀਂ ਮਤਲਬ ਇੰਨੀਆਂ ਜ਼ਿਆਦੀਆਂ ਜੋਬਾਂ ਚੇਂਜ ਕੀਤੀਆਂ ਤੇ ਤੁਹਾਡੀ ਸਾਨੂੰ ਰਿਲਾਇਬਿਲਿਟੀ ਕੀ ਆ ਤੁਸੀਂ ਇੱਥੇ ਵੀ 2 ਮਹੀਨੇ ਕਰਕੇ ਤੇ ਨਹੀਂ ਛੱਡ ਦੋਗੇ ਤੁਹਾਡੇ ਤੇ ਕੀ ਆਪਾਂ ਤੁਸੀਂ ਕਿੰਨੇ ਕੁ ਕੰਪਨੀ ਨੂੰ ਲੋਇਲ ਹੋਵੋਗੇ ਹਨਾ ਫਿਰ ਉਹ ਚੀਜ਼ਾਂ ਮੈਟਰ ਕਰਦੀਆਂ ਜੇ ਤੁਹਾਡਾ ਪੰਜਾਬੀ ਇੰਪਲੋਇਰ ਆ ਫਿਰ ਤਾਂ ਕਈ ਜਣੇ ਮਤਲਬ ਰੱਖ ਵੀ ਲੈਂਦੇ ਆ ਨਹੀਂ ਵੀ ਰੱਖਦੇ ਫਿਰ ਉਹ ਮਤਲਬ ਪੈਸਿਆਂ ਪੂਹਿਆਂ ਵਾਲਾ ਚੱਕਰ ਹਨਾ ਤੇ ਪਰ ਇਹ ਆ ਕੋਸ਼ਿਸ਼ ਇਹੋ ਕਰੋ ਵੀ ਪਹਿਲਾਂ ਜੋਬ ਥੋੜਾ ਟਾਈਮ ਲਾ ਕੇ ਲੈ ਲਓ ਪਰ ਛੇਤੀ ਕੀਤੇ ਛੱਡੋ ਨਾ ਜੇ ਤੇ ਕੋਈ ਮਤਲਬ ਟ੍ਰਬਲ ਕ੍ਰੀਏਟ ਕਰਦੇ ਬੇਸ਼ੱਕ ਛੱਡ ਦੋ ਕੋਈ ਮਤਲਬ ਆਪਾਂ ਬਾਇਸ ਕੁਐਸਚਨ ਜਾਂ ਬਾਇਸ ਸਾਈਡ ਨਹੀਂ ਲੈਣੀ ਪਰ ਜੇ ਤੁਹਾਨੂੰ ਲੱਗਦਾ ਵੀ ਕੱਢੀ ਜਾ ਸਕਦੀ ਹੈ ਵੀ ਘੱਟ ਜੋਬਾਂ ਚੇਂਜ ਕੀਤੇ ਆ ਵਧੀਆ ਜੇ ਤੁਹਾਨੂੰ ਵੀ ਥੋੜਾ ਕੰਟਰੀਬਿਊਟ ਕਰੋ ਇੰਪਲੋਇਰ ਵੀ ਕੰਟਰੀਬਿਊਟ ਕਰੇ ਐਫਰਟ ਪਾਓ ਤੇ ਵਧੀਆ ਰਹਿੰਦਾ ਅਗਰ ਸੇਮ ਜੋਬ ਤੇ ਵੀ ਰਹੋ ਤੇ ਉਹ ਸਹੀ ਹੈ ਮਿਲ ਜਾਂਦੀ ਜੋਬ ਬੇਸਿਕਲੀ ਇਹ ਹੋ ਗਿਆ ਕਿ ਜੋਬ ਲੱਭਣ 'ਚ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਜਦੋਂ ਤੁਸੀਂ ਜੋਬਾਂ ਚੇਂਜ ਕਰਦੇ ਹੋ ਬਟ ਪ੍ਰੋਸੈਸ ਦੇ ਅਕੋਰਡਿੰਗ ਆਪਾਂ ਨੂੰ ਜਿੱਦਾਂ ਵਰਕ ਪਰਮਿਟ ਅਪਲਾਈ ਕਰਨਾ ਸੀ ਉਹਦਾ ਇੱਕ ਪ੍ਰੋਸੈਸ ਹੁੰਦਾ ਆ ਜਾਂ IRCC ਉਹਨਾਂ ਨੂੰ ਕੋਈ ਏਡੀ ਕੋਈ ਖਾਸ ਪ੍ਰੋਬਲਮ ਨਹੀਂ ਹੁੰਦੀ ਐਸ ਲੌਂਗ ਐਸ ਆਪਣੇ ਕੋਈ ਰੀਜ਼ਨਸ ਆ ਆਪਾਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਹਾਂ ਕਿ ਆਪਾਂ ਇੰਨੀਆਂ ਜੋਬਸ ਕਿਉਂ ਚੇਂਜ ਕੀਤੀਆਂ ਹਨਾ ਫੇਰ ਨਹੀਂ ਕੋਈ ਚੱਕਰ ਬਾਕੀ ਇਹ ਨਹੀਂ ਆ ਕਿ ਜੋਬਸ ਜਿਹੜੀਆਂ ਆ ਤੁਸੀਂ ਚੇਂਜ ਨਹੀਂ ਕਰ ਸਕਦੇ ਤੁਸੀਂ ਬਿਲਕੁਲ ਚੇਂਜ ਕਰ ਸਕਦੇ ਹੋ ਬਟ ਹਾਂ ਜਦੋਂ ਤੁਸੀਂ ਆਪਣੀ PR ਵਗੈਰਾ ਲਾਈ ਹੋਈ ਆ ਉਦੋਂ ਥੋੜੀਆਂ ਘੱਟ ਕਰੋ ਕਿਉਂਕਿ ਫਿਰ ਉਸ ਟਾਈਮ ਇੱਕ ਪ੍ਰੋਸੈਸ ਹੁੰਦਾ ਆ PR ਤੱਕ ਪਹੁੰਚਣ ਦਾ ਤੇ ਜੇ ਉਸ ਟਾਈਮ ਤੁਸੀਂ ਬਾਰ ਬਾਰ ਜੋਬਾਂ ਚੇਂਜ ਕਰਦੇ ਹੋ ਫਿਰ ਹਰ ਵਾਰੀ ਐਕਸਪਲੇਨੇਸ਼ਨ ਦੇਣੀ ਔਖੀ ਹੋ ਜਾਂਦੀ ਆ ਮੈਨੂੰ ਉਹਦੇ ਇੰਟਰਵਿਊ 'ਚ ਵੀ ਕਈ ਵਾਰੀ ਪੁੱਛ ਲੈਂਦਾ ਵੀ ਜਿੱਦਾਂ ਜਦੋਂ ਮੈਂ ਹੁਣ PR ਦੇ ਲਈ ਕਰਨੀ ਇੰਟਰਵਿਊ ਤੇ ਉਹ ਮੈਨੂੰ ਪੁੱਛ ਲੈਂਦੇ ਹੁੰਦੇ ਸੀ ਵੀ ਤੁਸੀਂ ਇੰਨੀਆਂ ਜੋਬਾਂ ਚੇਂਜ ਕੀਤੀਆਂ ਵੀ ਕੋਈ ਰੀਜ਼ਨ ਆ ਖਾਸ ਤੁਹਾਨੂੰ ਕਿਉਂ ਲੱਗਦਾ ਵੀ ਤੁਸੀਂ ਕਿਉਂ ਇੱਕ ਜੋਬ ਤੇ ਸਟੇ ਨਹੀਂ ਕੀਤੇ ਹਨਾ ਬਿਲਕੁਲ ਫਿਰ ਬੰਦਾ ਮਾਰ ਤੇ ਦਿੰਦਾ ਕੋਈ ਨਾ ਕੋਈ ਇੱਧਰ ਉੱਧਰ ਫੜ ਫੜ ਕੇ ਪਰ ਹਾਂ ਇਫੈਕਟ ਤੇ ਪੈਂਦਾ ਹੀ ਇੰਪਲੋਇਰ ਉਹ ਚੀਜ਼ ਨੋਟਿਸ ਕਰਦਾ ਵਾ ਕਿ ਤੁਸੀਂ ਕਿੰਨਾ ਕੁ ਲਾਇਲਟੀ ਕੰਪਨੀ ਦੇ ਨਾਲ ਨਿਭਾ ਸਕਦੇ ਹਨਾ
ਤੇ ਬਾਕੀ ਜਿਹੜੀ ਓਰੀਜਨਲ ਚੀਜ਼ ਆ ਵੀ ਜਿਹੜਾ ਤੁਸੀਂ ਆਪ ਮਿਹਨਤ ਕਰਕੇ ਜੌਬ ਲਈ ਆ, ਆਪ ਮਿਹਨਤ ਕਰਕੇ ਇੰਟਰਵਿਊ ਕਰਾ ਕੀਤੀ ਆ ਵਧੀਆ ਕੰਪਨੀ 'ਚ, ਫਿਰ ਤੇ ਜਾਂ ਕਈ ਜਣੇ ਪੰਜਾਬੀ ਇੰਪਲੋਇਰ ਕਹਿੰਦੇ ਵੀ ਆ, ਹੁਣ ਤਾਂ ਪਤਾ ਨਹੀਂ ਮੈਨੂੰ ਵੀ ਉਹ ਚੀਜ਼ ਚੱਲਦੀ ਕਿ ਨਹੀਂ, ਪਰ ਸੁਣਦੇ ਆ ਹਲੇ ਵੀ ਇੰਪਲੋਇਰ ਸਪੋਰਟ ਕਰਦਾ ਪਰ ਉਹ ਪੈਸੇ ਮੰਗਦਾ, ਜਾਂ ਪੈਸੇ ਫਿਰ ਉਹ ਮੰਗਦੇ ਰੱਖ ਲੈਂਦੇ, ਫਿਰ ਨਹੀਂ 2-4 ਮਹੀਨੇ, ਫਿਰ ਭਾਵੇਂ ਤੁਸੀਂ ਸਾਰਾ ਸਾਲ ਹੀ ਕੰਮ ਨਾ ਕੀਤਾ ਹੋਵੇ। ਬਿਲਕੁਲ। ਤੇ ਫੀਸ ਵਗੈਰਾ ਦਾ ਕਿੱਦਾਂ ਨਿਕਲ ਜਾਂਦੀ ਸਮੈਸਟਰ ਦੀ ਇੱਥੇ, ਕਿਉਂਕਿ ਉੱਥੇ ਪੰਜਾਬ 'ਚ ਬੈਠੇ ਬੜਿਆਂ ਨੂੰ ਹੁੰਦਾ ਯਾਰ ਇੱਕ ਰਹੀ ਅਸੀਂ ਕੈਨੇਡਾ ਚਲ ਗਈ ਫੀਸਾਂ ਫੂਸਾਂ ਤੇ ਅਸੀਂ ਕੱਢ ਲਾਂਗੇ, ਸੋ ਉਹਦੇ ਬਾਰੇ ਸੱਚੀ ਆਪਾਂ ਗੱਲ ਦੱਸਣੀ ਆ ਬਿਲਕੁਲ ਅਨਫਿਲਟਰਡ ਕਿ ਕੀ ਹਿਸਾਬ ਆ ਕਿ ਫੀਸਾਂ ਨਿਕਲ ਜਾਂਦੀਆਂ ਕਿ ਨਹੀਂ ਨਿਕਲਦੀਆਂ। ਮੈਨੂੰ ਲੱਗਦਾ ਵੀ ਇਹ ਪਰਸਨ ਟੂ ਪਰਸਨ ਬਹੁਤ ਜ਼ਿਆਦਾ ਵੈਰੀ ਕਰਦਾ, ਬਹੁਤ ਬਹੁਤ ਜ਼ਿਆਦਾ ਵੈਰੀ ਕਰਦਾ। ਹੁਣ ਕੱਲਾ ਫੀਸਾਂ ਕੱਢ ਲੈਣੀਆਂ ਵੀ ਮਤਲਬ ਫਾਈਨਲ ਗੋਲ ਨਹੀਂ ਵੀ ਹਾਂ ਮੇਰੀਆਂ ਚਲੋ ਫੀਸਾਂ ਨਿਕਲ ਗਈਆਂ, ਹਨਾ ਪਿੱਛੋਂ ਬੰਦਾ ਬੜਾ ਜ਼ਿਆਦਾ ਸਟ੍ਰੈਸਡ ਹੋ ਜਾਂਦਾ, ਜਿੱਦਾਂ ਅੱਜ ਕੱਲ ਜਿਹੜੀ ਸਿਚੁਏਸ਼ਨ ਚੱਲਦੀ ਹਨਾ ਇੱਥੇ ਬਰੈਂਪਟਨ ਸਰੀ ਵਾਲੀ ਸਾਈਡ, ਹਾਂ ਇੱਥੇ ਐਡਮਿੰਟਨ ਵੀ ਹੋ ਜਾਂਦਾ ਤੇ ਵੀ ਲੋਕ ਬਿੱਲ ਫੀਸ ਕੱਢ ਲੈਂਦੇ ਪਰ ਪਿੱਛੋਂ ਬਚਦਾ ਨਹੀਂ ਕੁਝ, ਬੰਦਾ ਬਚੇ ਫੜ ਲੈ ਕੇ ਕਰ ਲੈਂਦਾ। ਪਰ ਇਹ ਆ ਮੈਨੂੰ ਲੱਗਦਾ ਵੀ ਹੁਣ ਜਿੱਦਾਂ 3 ਸਮੈਸਟਰਾਂ ਦੀ ਸ਼ਾਇਦ ਫੀਸ ਆਈ ਹੁੰਦੀ ਆ ਸਭ ਦੋਵਾਂ ਨੂੰ, ਦੀ ਆਈ ਜੀਆਈਸੀ ਹੁੰਦੀ, ਵਗੈਰਾ ਪਾ ਪੂ ਕੇ ਹਾਂ ਤੇ ਦੋਵਾਂ ਦੀ ਆਈ ਹੁੰਦੀ, ਜੀਆਈਸੀ ਵੀ ਤੇ ਉਹ ਯੂਜ਼ ਕਰਕੇ ਅਗਰ ਬੰਦਾ ਵੇਸਟ ਨਾ ਕਰੇ, ਜਿਆਦਾ ਸੁੱਖ ਆਰਾਮ ਵਾਲੇ ਨਾ ਪਵੇ ਤੇ ਵਧੀਆ ਨਿਕਲ ਜਾਂਦੀ ਹੈ, ਬੰਦਾ ਐਵੇਂ ਕੱਪੜਿਆਂ ਤੇ ਇੱਧਰ ਉੱਧਰ ਦੀਆਂ ਚੀਜ਼ਾਂ ਦੇ ਨਾ ਸਪੈਂਡ ਕਰੇ, ਥੋੜਾ ਬਹੁਤਾ ਫੜਨੇ ਪੈ ਜਾਂਦੇ ਪਰ ਲੱਥ ਜਾਂਦੇ ਆ। ਮੈਨੂੰ ਲੱਗਦਾ ਵੀ ਇੱਡਾ ਹਾਂ ਕੋਈ ਔਖਾ ਇੱਡਾ ਤਾਂ ਨਹੀਂ, ਔਖਾ ਨਹੀਂ। ਪਰ ਹਾਂ ਕਈ ਜਣਿਆਂ ਵਾਸਤੇ ਔਖਾ ਵੀ ਆ ਕਿ ਜਿੱਦਾਂ ਉਹ ਮਤਲਬ ਜਿਆਦਾ ਰੂਰਲ ਚਲ ਜਾਂਦੇ ਆ, ਉੱਥੇ ਓਪਰਚੁਨਿਟੀਜ਼ ਘੱਟ ਆ, ਪਰ ਐਜ਼ ਐਨ ਇੰਡੀਅਨ ਉੱਥੇ ਖਾਣ ਪੀਣ ਦਾ ਬਹੁਤ ਜ਼ਿਆਦਾ ਐਕਸਪੈਂਸ ਹੋ ਜਾਂਦਾ, ਹਨਾ ਰਹਿਣ ਸਹਿਣ ਦਾ ਬਹੁਤ ਜ਼ਿਆਦਾ ਐਕਸਪੈਂਸ ਹੋ ਜਾਂਦਾ, ਉਸ ਹਿਸਾਬ ਨਾਲ ਯਾ ਡਿਫਿਕਲਟ ਵੀ ਆ। ਪਰ ਕਈ ਜਣੇ ਜਿਹੜੇ ਮਤਲਬ ਵਧੀਆ ਤਰੀਕੇ ਨਾਲ ਚੱਲਦੇ ਆ, ਮਾਂ ਪਿਓ ਦੇ ਕਹੇ ਤੇ ਮੰਨਦੇ ਆ, ਜਾਂ ਮਤਲਬ ਸਿਆਣਿਆਂ ਦੀ ਸਲਾਹ ਲੈਂਦੇ ਆ, ਉਹਨਾਂ ਦਾ ਸੌਖਾ ਵੀ ਰਹਿੰਦਾ ਵੀ ਹਾਂ ਨਿਕਲ ਜਾਂਦੀਆਂ ਪੈਸਾ। ਮੇਰੇ ਮੋਸਟ ਆਫ ਦੇ ਸਾਰੇ ਯਾਰਾਂ ਦੋਸਤਾਂ ਨੇ ਕੱਢੀਆਂ, ਮਹਾਰਾਜ ਦੀ ਕਿਰਪਾ ਨਾਲ ਮੇਰੇ ਤੋਂ ਨਿਕਲ ਗਈ। ਪਰ ਮੇਰਾ ਹੁਣ ਜਿੱਦਾਂ ਮੇਰਾ ਸੀਗਾ, ਮੈਨੂੰ ਕਿਸੇ ਨੇ ਕੋਈ ਗਾਈਡ ਨਹੀਂ ਕੀਤਾ ਹਨਾ, ਕਿ ਲਾਈਕ ਮੈਂ ਤੇ ਕਿੱਦਾਂ ਦੀ ਇੰਟਰਨੈਸ਼ਨਲ ਸਟੂਡੈਂਟ ਸੀਗੀ ਕਿ ਜਿਹੜੀ ਏਅਰਪੋਰਟ ਤੋਂ ਵੀ ਆਪਣੇ ਘਰ ਤੱਕ ਆਪੇ ਹੀ ਗਈ ਸੀਗੀ ਫਿਗਰ ਆਊਟ ਕਰਕੇ, ਤੇ ਮੈਨੂੰ ਕਿਸੇ ਨੇ ਕੋਈ ਗਾਈਡ ਨਹੀਂ ਕੀਤਾ ਕਿ ਯਾਰ ਤੂੰ ਆਪਣੀ GIC ਬਚਾ, ਮੈਂ ਤੇ ਪਹਿਲੀ ਵਾਰੀ ਜ਼ਿੰਦਗੀ ਚ ਇੰਨੇ ਪੈਸੇ ਗਏ, ਤੇ ਉਹਦੇ ਕਰਕੇ ਮੈਂ ਤੇ ਬਸ ਯੂ ਨੋ ਆਪਣੇ ਕੋਈ ਕੋਈ ਚੀਜ਼ ਲੈ ਲਾ, ਕਦੀ ਕੋਈ ਕੱਪੜਿਆਂ ਤੇ, ਕੱਪੜੇ ਤੈਨੂੰ ਪਤਾ ਮੈਂ ਬਹੁਤ ਜ਼ਿਆਦਾ ਸ਼ੌਂਕ ਆ ਮੈਨੂੰ, ਮੈਂ ਉਹੀ ਚੀਜ਼ਾਂ ਤੇ ਵੇਸਟ ਕਰ ਲਏ। ਪਰ ਇਹ ਸੀਗਾ ਕਿ ਫੀਸ ਮੈਂ ਕੱਢ ਲੈਂਦੀ ਹੁੰਦੀ ਹਾਂ ਬਟ ਥੋੜ੍ਹਾ ਔਖੀ ਹੋ ਕੇ ਕੱਢਦੀ ਸੀ, ਜੇ ਤੁਸੀਂ ਆਪਣੇ ਖਰਚੇ ਵਧਾ ਦੋਗੇ ਤੇ ਫਿਰ ਤੇ ਫੀਸਾਂ ਦਾ ਔਖਾ ਆ, ਜੇ ਤੁਸੀਂ ਆਪਣੇ ਖਰਚੇ ਲਿਮਿਟਡ ਰੱਖੋ ਕਿ ਤੁਸੀਂ ਯਾਰ ਐਜ਼ ਅ ਸਟੂਡੈਂਟ ਆਏ ਜੇ, ਹੁਣ ਜਿੱਦਾਂ ਸਟੂਡੈਂਟਸ ਗੱਡੀਆਂ ਕਢਾ ਕੇ ਬਹਿ ਜਾਂਦੇ ਆ ਰਾਈਟ, ਹੁਣ ਮੈਂ ਪਰਸਨਲੀ ਗੱਲ ਕਰਾਂ, ਹੁਣ ਗੱਡੀ ਕਢਾਉਣਾ ਮਾੜੀ ਚੀਜ਼ ਨਹੀਂ ਆ, ਪਰ ਹੁਣ ਕਿਉਂਕਿ ਮੈਨੂੰ ਕਿਉਂ ਕਢਾਉਣੀ ਪੈ ਗਈ ਸੈਕਿੰਡ ਸਮੈਸਟਰ 'ਚ, ਕਿਉਂਕਿ ਮੈਂ ਬਿਲਕੁਲ ਰੂਰਲ ਏਰੀਏ ਦੇ ਵਿੱਚ ਆਈ, ਮੇਰਾ ਕਾਲਜ ਬਹੁਤ ਜ਼ਿਆਦਾ ਇੱਕ ਪਛੜੇ ਪਿੰਡ ਜਿਸ ਵਿੱਚ ਸੀਗਾ, ਉੱਥੇ ਜੌਬ ਮਿਲਣੀ ਇੰਪੋਸੀਬਲ ਸੀਗੀ ਅਗਰ ਤੁਹਾਡੇ ਕੋਲ ਗੱਡੀ ਨਹੀਂ ਹੈਗੀ, ਤੇ ਬੱਸ ਸਰਵਿਸ 6 ਵਜੇ ਬੰਦ ਹੋ ਜਾਂਦੀ ਸੀ, ਸਾਰਾ ਦਿਨ ਕਾਲਜ ਕੰਮ ਪੜ੍ਹ ਪੁੜ ਕੇ ਸ਼ਾਮ ਦੇ ਟਾਈਮ ਤੁਹਾਨੂੰ ਕੰਮ ਮਿਲ ਰਿਹਾ, ਤੇ ਸ਼ਾਮ ਦੇ ਟਾਈਮ ਤੁਸੀਂ ਬਿਨਾਂ ਬੱਸ ਤੋਂ ਕਿੱਦਾਂ ਜਾਓਗੇ, ਤੇ ਏਡਾ ਤੇ ਕੋਈ ਹੁੰਦਾ ਨਹੀਂ ਕਿ ਯਾਰ ਹਰ ਕਿਸੇ ਨੂੰ 5 ਮਿੰਟ ਦੇ ਵਾਕਿੰਗ ਡਿਸਟੈਂਸ ਤੇ ਜੌਬ ਮਿਲ ਜਾਏ, ਠੀਕ ਆ। ਸੋ ਉਸ ਟਾਈਮ ਹੁਣ ਮੈਨੂੰ ਉਦੋਂ ਗੱਡੀ ਕਢਾਉਣੀ ਪੈ ਗਈ, ਬਟ ਹੁਣ ਜਿੱਦਾਂ ਸਟੂਡੈਂਟ ਆਉਂਦੇ ਆ ਜ਼ਿਆਦਾਤਰ, ਤੇ ਮੈਂ ਗੱਲ ਕਰੂੰਗੀ ਮੈਟਰੋ ਸਿਟੀਜ਼ ਦੇ ਵਿੱਚ ਆਉਂਦੀਆਂ ਗੱਡੀਆਂ ਕਢਾਉਣ ਚੱਲ ਜਾਂਦੇ ਆ, ਉਹਦੇ ਬਾਰੇ ਕੀ ਵਿਚਾਰ ਆ, ਤੇ ਤੂੰ ਗੱਡੀ ਲਾਈਕ ਕਿੱਦਾਂ ਕੋਈ ਵੀ ਇੰਡਸਟਰੀ ਚਲ ਜਾਓ, ਚਾਹੇ ਟਰੱਕਿੰਗ ਚ ਚਲ ਜਾਓ, ਕੰਸਟਰਕਸ਼ਨ ਚ ਚਲ ਜਾਓ, IT ਚਲ ਜਾਓ, ਜਿਹੜੇ ਬੰਦੇ 4 ਪੈਸੇ ਕਮਾਉਂਦੇ ਹਨ ਉਹ ਇੰਨੀਆਂ ਵੱਡੀਆਂ ਵੱਡੀਆਂ ਮਹਿੰਗੀਆਂ ਗੱਡੀਆਂ ਨਹੀਂ ਲੈਂਦੇ ਛੇਤੀ ਕੀਤੇ, ਬਿਲਕੁਲ ਉਹ ਸੇਵ ਕਰਦੇ ਆ ਵੀ ਹਾਂ ਫਿਊਚਰ ਚ ਆਪਾਂ ਫੈਮਿਲੀ ਦੇ ਬਾਰੇ ਸੋਚਣਾ ਜਾਂ ਹੋਰਾਂ ਕੰਮਾਂ ਦੇ ਲਈ ਸੋਚਣਾ, ਹਨਾ। ਕਈ ਜਣੇ ਜਿੱਦਾਂ ਵੀ ਪੈਸੇ ਸਪੈਂਡ ਕਰਦੇ ਆ ਪਰ ਉਹ ਇਨਵੈਸਟਮੈਂਟ ਦੇ ਵਾਂਗੂ ਪੈਸੇ ਸਪੈਂਡ ਕਰਦੇ ਆ ਵੀ ਹਾਂ ਗੱਡੀ ਲਈ ਆ ਮੈਂ ਵੇਚਣੀ ਆ, ਵੀ ਮਤਲਬ ਜਿੱਦਾਂ ਹਨਾ ਉਹ ਡੀਲਰਸ਼ਿਪ ਵਾਲਾ ਕੰਮ ਹੋ ਗਿਆ ਜਾਂ ਉਹ ਚੀਜ਼ ਸਹੀ ਆ, ਪਰ ਜਿੱਦਾਂ ਆਪਾਂ ਨਵੇਂ ਆਉਂਦੇ ਹਾਂ ਸਾਰ ਕਈ ਜਣੇ ਵੀ ਚੈਲੰਜਰ ਲੈ ਲੈਂਦੇ ਉਹ ਸਹੀ ਆ, ਜੇ ਮਤਲਬ ਕੋਈ ਮੈਂ ਆ ਨੀ ਕਹਿੰਦਾ ਵੀ ਨਾ ਲਓ, ਜੇ ਤੁਹਾਡੀ ਜੇਬ ਸਾਰਾ ਬਾਰਾ ਖਾਂਦੀ ਆ ਜ਼ਰੂਰ ਲਓ, ਵੀ ਜੇ ਤੁਹਾਨੂੰ ਲੱਗਦਾ ਵੀ ਹਾਂ ਪਿੱਛੋਂ ਘਰ ਦੇ ਸਪੋਰਟ ਕਰ ਦੇਣਗੇ ਜਾਂ ਤੁਸੀਂ ਖੁਦ ਇੰਨੇ ਕਾਬਿਲ ਹੈਗੇ, ਹਾਂ ਜੇ ਤੁਸੀਂ ਵਧੀਆ ਕੰਮ ਕਮਾਉਂਦੇ ਜੇ ਤੁਸੀਂ ਕਮਾਉਂਦੇ ਜੇ ਬੇਸ਼ੱਕ ਲੈ ਲਓ, ਪਰ ਜਿਹੜਾ ਆਉਂਦੇ ਆ ਸਾਰ ਕਈ ਜਣੇ ਹਨਾ ਵੀ ਮੈਨੂੰ ਲੱਗਦਾ ਵੀ ਹਲੇ 2 ਮਹੀਨੇ ਹੋਏ ਹੁੰਦੇ ਆ ਤੇ ਆਉਂਦੇ ਆ ਸਾਰ ਚੈਲੰਜਰ ਚਾਰਜਰ ਲੈ ਲੈਂਦੇ ਆ, ਉਹ ਸਾਰਿਆਂ ਨੂੰ ਤਾਂ ਇੱਦਾਂ ਲੱਗਦਾ ਵੀ ਗੱਡੀ ਸੋਹਣੀ ਆ, ਪਰ ਉਹਨਾਂ ਤੋਂ ਜਿਹੜੇ ਉਹਨਾਂ ਦੇ ਹਾਣੀ ਮਿੱਤਰ ਹੁੰਦੇ ਆ ਉਹਨਾਂ ਨੂੰ ਹੀ ਪਤਾ ਹੁੰਦਾ ਵੀ ਉਹ ਯਾਰ ਕਿੱਦਾਂ ਪੇ ਕਰਦੇ ਆ ਕਿ ਲਾਈਕ ਆਪਣੇ ਪੇ ਸਟੱਬਾਂ ਦੀ ਵੇਟ ਕਰਦੇ, ਕਈ ਵਾਰੀ ਤਾਂ ਆਪਣੀਆਂ ਜਿਹੜੀਆਂ ਕਿਸ਼ਤਾਂ, ਕਿਉਂਕਿ ਇੱਥੇ ਹਰ ਕੋਈ ਚੀਜ਼ ਇੱਕ ਚੀਜ਼ ਆਪਾਂ ਹੋਰ ਦੱਸਦੀ ਹੈ ਕਿ ਕਿਸ਼ਤਾਂ ਤੇ ਮਿਲਦੀ ਜੇ, ਹਾਂਜੀ ਠੀਕ ਆ, ਬਹੁਤ ਰੇਅਰ ਹੁੰਦਾ ਹੈ ਕਿ ਕੋਈ ਬਹੁਤ ਐ ਅਮੀਰ ਸ਼ਹਿਜ਼ਾਦਾ ਹੋਵੇ ਤੇ ਜਿਹੜਾ ਕੈਸ਼ ਤੇ ਚੀਜ਼ਾਂ ਲੈ ਕੇ ਆਵੇ, ਬਟ ਮੋਸਟਲੀ ਆਪਾਂ ਨੂੰ ਪਤਾ ਹੀ ਆਪਾਂ ਪੰਜਾਬ ਚੋਂ ਕਿੱਦਾਂ ਦੇ ਘਰਾਂ ਚੋਂ ਆਉਂਦੇ ਹਾਂ, ਜ਼ਿਆਦਾਤਰ ਮਿਡਲ ਕਲਾਸ ਫੈਮਿਲੀ ਵਾਲੇ ਜ਼ਿਆਦਾ
ਕੈਨੇਡਾ ਵਗੈਰਾ ਦੇ ਵਿੱਚ ਮੂਵ ਹੋ ਰਹੇ ਆ, ਹਾਂ ਬਿਲਕੁਲ ਠੀਕ ਆ, ਤੇ ਉਹਨਾਂ ਦੇ ਲਈ ਹੁਣ ਉਹ ਜੇ ਕਿਸ਼ਤਾਂ ਦੇ ਉੱਤੇ ਆਪਣੇ ਆਪ ਨੂੰ ਲਵਾ ਕੇ ਬਹਿ ਜਾਂਦੇ ਆ, ਫਿਰ ਉਸ ਤੋਂ ਬਾਅਦ ਤੁਹਾਨੂੰ ਜੋਬਾਂ ਦਾ ਇੱਥੇ ਰਿਸੈਸ਼ਨ ਚੱਲਦਾ ਪਿਆ ਆ, ਫਿਰ ਤੁਸੀਂ ਆਪਣੇ ਪੇ ਚੈੱਕ ਦਾ ਵੇਟ ਕਰਦੇ ਹੋ, ਆਵੇ ਫਿਰ ਫੜਨੇ ਵੀ ਪੈਂਦੇ ਆ ਕਈ ਵਾਰੀ ਕਿਉਂਕਿ ਤੁਹਾਡੇ ਕੋਲ ਕਿਸ਼ਤਾਂ ਤਰਦੀਆਂ ਨਹੀਂ ਆ। ਹੁਣ ਜੇ ਆਪਾਂ ਇੱਕ ਐਵਰੇਜ ਇੱਕ ਚਾਰਜਰ ਦੀ ਗੱਲ ਕਰੀਏ, ਲਾਈਕ ਤੂੰ 2-3 ਸਾਲ ਪੁਰਾਣੀ ਚਾਰਜਰ ਦੀ ਗੱਲ ਕਰ, ਮੇਰੇ ਕੋਲ ਵੀ ਹੈਗੀ ਸੀ, ਪਰ ਹੁਣ ਆਪਾਂ ਉਹਦੀ ਗੱਲ ਕਰੀਏ ਤੇ ਉਹ ਉਹਦਾ ਖਰਚਾ ਮਹੀਨੇ ਦਾ ਆਪਾਂ ਲਾਈਏ ਨਾ, ਜੇ ਗੈਸ ਵਗੈਰਾ ਪਾ ਕੇ ਇੰਸ਼ੋਰੈਂਸ ਤੇ ਗੱਡੀ, $1,000-1,100 ਦਾ ਖਰਚਾ ਆ ਹੀ ਜਾਂਦਾ ਇਸ ਸ਼ਹਿਰ ਦੇ ਵਿੱਚ, ਠੀਕ ਆ। ਜੇ ਬ੍ਰੈਂਟਨ ਦੀ ਗੱਲ ਕਰੀਏ ਉੱਥੇ ਤਾਂ 4-500 ਇੰਸ਼ੋਰੈਂਸ ਦਾ ਜਾਣ ਕੇ ਲਈ ਥੋੜੇ ਜਿਹਾ ਥੋੜਾ ਜਿਹਾ ਕ੍ਰੈਡਿਟ ਬਣਿਆ ਸੀਗਾ ਉਸ ਟਾਈਮ, ਤੇ ਉਹਦਾ ਕੀ ਸੀਗਾ ਕਿ ਇੰਟਰਸਟ ਰੇਟ ਘੱਟ ਮਿਲੇ ਸੀ ਉਹਦੇ ਹਿਸਾਬ ਨਾਲ, ਬੇਸ਼ਕ ਮੇਰੀ ਕਿਸ਼ਤ ਘੱਟ ਸੀ, ਬਟ ਜੇ ਆਪਾਂ ਸੋਚਿਆ ਜਾਵੇ $1,000 ਘੱਟ ਨੀ ਹੁੰਦਾ, ਹਜ਼ਾਰ ਤੋਂ ਵੱਧ ਜਿਹੜਾ ਵਾ ਉਹ ਬੰਦਾ ਉਹਦੇ ਤੇ ਦੇ ਦਿੰਦਾ। ਨਾਲੇ ਮਤਲਬ ਜੇ ਆਪਾਂ ਕੈਨੇਡਾ ਬੈਠੇ ਬਜ਼ੁਰਗਾਂ ਨੂੰ ਵੀ ਪੁੱਛੀਏ ਨਾ, ਤੇ ਉਹ ਵੀ ਇਹੋ ਗੱਲ ਕਹਿਣਗੇ ਕਿ ਬਹੁਤ ਉਹਨਾਂ ਕੀ ਲਾਇਓ ਪੈਸਾ ਜਾਂ ਉਹਨਾਂ ਕੀ ਚੀਜ਼ ਲਾਇਓ ਜਿੰਨੀ ਕੁ ਮਤਲਬ ਤੁਹਾਡੀ ਜੇਬ ਸਹਿੰਦੀ ਹੈ। ਆਪਣੇ ਜਦੋਂ ਆਪਾਂ ਸਰੀ ਗਏ ਸੀ ਉਹ ਅੰਕਲ ਨੇ ਵੀ ਕਿਹਾ ਸੀ ਬਹੁਤ ਗੱਡੀ ਇੰਨੀ ਰੱਖੀ ਆ ਤੇ ਤੁਸੀਂ ਕਿੰਨਾ ਕੁ ਕਮਾਉਂਦੇ ਜੇ, ਹਨਾ, ਫਿਰ ਤੁਸੀਂ ਦੱਸਿਆ ਵੀ ਇੱਦਾਂ ਆ ਆ ਕਮਾਈ ਆ, ਕਹਿੰਦੇ ਫਿਰ ਤੇ ਠੀਕ ਆ ਪਰ ਜਿੱਦਾਂ ਨਵੇਂ ਬੱਚੇ ਆਉਂਦੇ ਆ ਉਹਨਾਂ ਨੂੰ ਸਮਝਾਇਆ ਕਰੋ ਇੱਦਾਂ ਵੀ ਹੁਣ, ਪਰ ਉਹ ਚੀਜ਼ ਇੰਪੈਕਟ ਕਰਦੀ ਆ ਬਜ਼ੁਰਗਾਂ ਦੀਆਂ ਕਈਆਂ ਗੱਲਾਂ ਗਲਤ ਨੀ ਹੈਗੀਆਂ ਵੀ ਇੰਨਾ ਇੰਨਾ ਪੈਸਾ ਸਿੱਧਾ ਗੱਡੀ ਤੇ ਹੀ ਲਾ ਦੇਣਾ ਓਨੀ ਕਮਾਈ ਨਹੀਂ ਹੋਣੀ, ਹਨਾ। ਜੇ ਤੁਸੀਂ ਵੇਖੋ ਅੱਜ ਵੀ ਜਿਹੜੇ ਆਪਣੇ ਪੰਜਾਬੀ ਜਿੱਦਾਂ ਆਪਾਂ ਜਾਣਦੇ ਹਾਂ ਕਈ ਜਣੇ ਨੂੰ, ਹਨਾ, ਕਿੰਨੇ ਮਿਲੀਅਨੇਅਰ ਆ ਜਾਂ ਕਈ ਜਣੇ ਦੇ ਕਿੰਨੇ ਕਿੰਨੇ ਵਧੀਆ ਕੰਸਟਰਕਸ਼ਨ ਦੇ ਕੰਮ ਲੱਗਦਾ ਹੀ ਨਹੀਂ, ਉਹ ਅੱਜ ਵੀ ਸਿਵਗੰਜ ਘੁੰਮਦੇ ਆ, ਉਹਨਾਂ ਕੋਲ ਛੋਟੀਆਂ ਗੱਡੀਆਂ, ਹਨਾ, ਪੁਰਾਣੇ ਜੇ ਟਰੱਕ ਜਿਹੜੇ ਉਹਨਾਂ ਨੇ ਕੰਮ ਲਾਉਣ ਲਏ ਆ, ਹਨਾ, ਪਰ ਉਹਨਾਂ ਦੇ ਜੋ ਉਹਨਾਂ ਦੇ ਅੰਦਰ ਪਿਆ ਉਹ ਉਹਨਾਂ ਨੂੰ ਹੀ ਪਤਾ, ਹਨਾ, ਬਿਲਕੁਲ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਇੰਨੇ ਪੈਸੇ ਕਮਾਉਂਦੇ ਆਪਣੇ ਸ਼ੌਕ ਨਾ ਪੂਰੇ ਕਰੋ, ਪਰ ਆਪਣੇ ਆਪ ਨੂੰ ਉਸ ਲੈਵਲ ਤੱਕ ਲੈ ਜਾਓ ਕਿ ਇਹਨਾਂ ਚੀਜ਼ ਛੋਟੀਆਂ ਮੋਟੀਆਂ ਚੀਜ਼ਾਂ ਦਾ ਤੁਹਾਨੂੰ ਫਰਕ ਨਾ ਪਵੇ, ਹਨਾ, ਕਿਉਂਕਿ ਇਹ ਚੀਜ਼ਾਂ ਹੁਣ ਜਿੱਦਾਂ ਕੋਈ ਸਟੂਡੈਂਟ ਆਇਆ ਵਾ 2 ਮਹੀਨੇ ਬਾਅਦ ਚਾਰਜਰ ਚੈਲੰਜਰ ਜਾਂ ਕੋਈ ਵੀ ਗੱਡੀ ਕਢਵਾ ਰਿਹਾ ਆ, ਤੇ ਉਹਨੇ ਜਦੋਂ ਆਪਣੇ ਰਿਸ਼ਤੇਦਾਰਾਂ ਨੂੰ ਪੰਜਾਬ ਚ ਵਿਖਾਉਣਾ ਨਾ, ਤੇ ਉਹ ਫਿਰ ਉਹਨੇ ਕਹਿਣਾ ਯਾਰ ਮੈਂ ਵੀ ਜਾਣਾ ਕੈਨੇਡਾ। ਹੁਣ ਅਗਲੇ ਕੋ ਬਣਦਾ ਹੋਵੇ ਸਰਦਾ ਹੋਵੇ ਤੇ ਘਰਦਿਆਂ ਨੇ ਵੀ ਉਹਨੇ ਜਿੱਦ, ਮਤਲਬ ਉਹਨਾਂ ਦੇ ਘਰਦਿਆਂ ਨੇ ਉਹਨਾਂ ਦੀ ਜਿੱਦ ਜ਼ਰੂਰ ਪਗਾਉਣੀ ਹੈ, ਕਿਉਂਕਿ ਹਰ ਕੋਈ ਪੇਰੈਂਟਸ ਚਾਹੁੰਦਾ ਕਿ ਅਸੀਂ ਆਪਣੇ ਬੱਚਿਆਂ ਦੇ ਲਈ ਬੈਸਟ ਕਰੀਏ। ਸੋ ਉਹਦੇ ਨਾਲ ਕੀ ਹੁੰਦਾ, ਇਹ ਚੀਜ਼ਾਂ ਉਹਨੇ ਤੇ ਵੇਖ ਲਈ ਕਿ ਗੱਡੀ ਲੈ ਲਈ, ਪਰ ਉਹਨੂੰ ਇਹ ਨੀ ਪਤਾ ਕਿ ਯਾਰ ਉਹ ਗੱਡੀ ਦੀ ਕਿਸ਼ਤਾਂ ਕਿੱਦਾਂ ਤਾਰਨ ਦੇ ਤੇ ਆਪਣਾ ਗੁਜ਼ਾਰਾ ਕਿੱਦਾਂ ਕਰਨ ਦੇ, ਹਨਾ। ਤੇ ਬਾਕੀ ਆਪਾਂ ਗੱਲ ਕਰਦੇ ਹਾਂ ਜਿੱਦਾਂ ਹੁਣ ਰਿਲੇਟਿਵਸ ਦੇ ਕੋਲ ਆਪਾਂ ਨੂੰ ਆਉਣਾ ਚਾਹੀਦਾ ਵਾ ਕਿ ਇਕੱਲੇ ਰਹਿਣਾ ਚਾਹੀਦਾ ਵਾ, ਇਕੱਲੇ ਆਣ ਕੇ ਆਪਣੀ ਗਰੋਥ ਕਰਨੀ ਚਾਹੀਦੀ ਆ, ਤੇ ਲਾਈਕ ਉਹਦੇ ਬਾਰੇ ਥੋੜਾ ਜਿਹਾ ਆਪਾਂ। ਮੈਂ ਤੇ ਜਦੋਂ ਤੁਹਾਡੇ ਕੋਲ ਆਇਆ ਸੀ ਤੇ ਮੈਨੂੰ ਤਾਂ ਲੱਗਦਾ ਵੀ ਵਧੀਆ ਵੀ ਰਿਲੇਟਿਵਸ ਕੋਲ ਆਓ, ਪਰ ਉਹਦੇ ਨਾਲ ਮੈਂ ਆ ਵੀ ਕਹੂੰਗਾ ਤੁਹਾਨੂੰ ਵੀ ਲੱਗਦਾ ਹੋਣਾ ਵੀ ਰਿਲੇਟਿਵਸ ਕੋਲ ਹੀ ਨਾ ਆਓ, ਯੂ ਨੋ ਵਾਟ ਆਈ ਮੀਨ, ਵੀ ਇਕੱਲਾ ਰਿਲੇਟਿਵਸ ਕੋਲ ਆ ਕੇ ਫਿਰ ਉਹਨਾਂ ਕੋਲ ਹੀ ਪੱਕਾ ਰਹਿਣ ਦਾ ਸੋਚੀ ਜਾਓ, ਆਹ ਚੀਜ਼ ਨਹੀਂ ਰੱਖਣੀ ਚਾਹੀਦੀ। ਕਿਉਂਕਿ ਜਿੱਦਾਂ ਹੁਣ ਆਪਣਾ ਤੇ ਚੱਲ ਇਹ ਵੀ ਆਪਣਾ ਦੋਵੇਂ ਭੈਣ ਭਰਾ ਵੀ ਆਪਾਂ, ਹਾਂ ਵੀ ਆਪਾਂ ਚੱਲ ਉਹ ਫੈਮਿਲੀ ਵਾਲਾ ਹਿਸਾਬ ਨਹੀਂ ਕੋਈ ਵੀ ਜਿੱਦਾਂ ਪਰਿਵਾਰ ਬੱਚੇ ਆ ਉਹ ਚੀਜ਼, ਪਰ ਕਈ ਮੋਸਟ ਆਫ ਦ ਲੋਕੀ ਜਿੱਦਾਂ ਆ ਜਾਂਦੇ ਆ ਤੇ ਫੈਮਿਲੀ ਸਪੋਰਟ ਕਰਦੇ ਆ ਰਿਲੇਟਿਵਸ, 3-4 ਮਹੀਨੇ ਰਹਿ ਲੈਂਦੇ ਆ, ਫਿਰ ਜਦੋਂ ਕਹਿੰਦੇ ਆ ਵੀ ਪੁੱਤਰ ਤੁਸੀਂ ਕਿਤੇ ਹੋਰ ਲੱਭ ਲਓ, ਫਿਰ ਉਹ ਚੀਜ਼ ਇਸ਼ੂ ਬਣ ਜਾਂਦਾ ਉਹ ਚੀਜ਼। ਪਰ ਆ ਚੀਜ਼ ਸਾਨੂੰ ਪੰਜਾਬੋਂ ਆ ਕੇ ਸਮਝਣੀ ਚਾਹੀਦੀ ਆ ਵੀ ਇੱਥੇ ਅੱਜ ਵੀ ਹਰ ਕੋਈ ਬੰਦਾ ਆਪਣੇ ਗੁਜ਼ਾਰਾ ਹੀ ਕਰਨ ਦਿਆ ਤੇ ਹਰ ਕਿਸੇ ਦੀਆਂ ਫੈਮਿਲੀ ਦੀਆਂ ਨੀਡਸ ਆ ਜਿਹੜੀਆਂ ਉਹ ਪੂਰੀਆਂ ਕਰਨ ਦਾ, ਤੇ ਬੜੀ ਮੁਸ਼ਕਲ ਹਰ ਕੋਈ ਪੇ ਕਰਦਾ। ਕੋਈ ਆ ਨੀ ਵੀ ਅਗਰ ਕੋਈ $1,00,000 ਕਮਾਉਣ ਦਿਆ ਮਹੀਨੇ ਦਾ, ਉਹ ਸੋਰੀ ਸਾਲ ਦਾ, ਤੇ ਉਹ $1,00,000 ਵੀ ਮਤਲਬ ਤੁਹਾਨੂੰ ਦੇਖਦਾ ਵਾ ਵੀ ਉਹ $1,00,000 ਕਮਾਉਂਦੇ ਉਹ ਤੁਹਾਡੇ ਜੁਗਾ ਹੀ ਆ, ਉਹਨਾਂ ਦੇ ਹੋਰ ਹਰ ਕਿਸੇ ਦੇ ਯਾਰ ਖਰਚੇ ਆ। ਸੋ ਸਾਨੂੰ ਚਾਹੀਦਾ ਵੀ ਹਾਂ ਠੀਕ ਆ, ਜਿੰਨੇ ਆ ਕੇ ਰੱਖਿਆ ਰਹੋ ਤੁਸੀਂ 1-2 ਹਫ਼ਤੇ ਰਹੋ, ਨਾਲੇ ਆਉਂਦੇ ਹੀ ਉਹਨਾਂ ਨਾਲ ਗੱਲ ਕਰ ਲਓ ਵੀ ਭਾਜੀ ਵੀ ਆਪਾਂ ਤੁਹਾਡੇ ਕੋਲ ਨਹੀਂ ਰਹਿਣਾ, ਜਾਂ ਮਤਲਬ ਜੇ ਤੁਹਾਡਾ ਇਜ਼ ਇਟ ਫਾਈਨ ਵੀ ਤੁਹਾਡੇ ਕੋਲ ਐਕਸਟਰਾ ਜੇ ਤੁਸੀਂ ਮੈਨੂੰ ਬੇਸਮੈਂਟ 'ਚ ਰੱਖ ਲਓ, ਜਾਂ ਹਨਾ ਵੀ ਮੈਂ ਤੁਹਾਨੂੰ ਰੈਂਟ ਹੁਣੇ ਤੋਂ ਹੀ ਦੇਣਾ ਸ਼ੁਰੂ ਕਰ ਦਿੰਦਾ ਵੀ ਵਧੀਆ ਰਿਲੇਸ਼ਨ ਬਣਾਓ। ਕੈਨੇਡਾ ਆਏ ਆ ਉਹ ਜਿਹੜੀਆਂ ਪੰਜਾਬ ਚੀਜ਼ਾਂ ਹੁੰਦੀਆਂ ਨਾ, ਕੋਈ ਨੀ ਯਾਰ ਤੇਰਾ ਆਸਾਨ ਰਹੂ ਕਰਜ ਰਹੂ, ਉਹ ਚੀਜ਼ਾਂ ਇੰਨੀਆਂ ਖਾਸ ਇੱਥੇ ਫਾਇਦੇਮੰਦ ਨਹੀਂ, ਕਿਉਂਕਿ ਜਦੋਂ ਬੰਦਾ ਲੋੜ ਦੇ ਵਿੱਚ ਆ ਨਾ ਉਹਨੇ ਉਹਨੂੰ ਇਹ ਚੀਜ਼ਾਂ ਮੈਟਰ ਨਹੀਂ ਕਰਨੀਆਂ ਯਾਰ ਆਸਾਨ ਕਰ ਦੇ, ਕਿਉਂਕਿ ਹੁਣ ਇਹ ਚੀਜ਼ਾਂ ਉਸ ਟਾਈਮ ਨਹੀਂ ਕੰਮ ਆਉਂਦੀਆਂ ਕਿ ਕੋਈ ਕਹਿ ਦੇ ਯਾਰ ਫਿਰ ਕੀ ਯਾਰ ਤੂੰ ਮੇਰਾ ਭੂਆ ਦਾ ਮੁੰਡਾ ਆ ਚਾਚੇ ਦਾ ਮੁੰਡਾ। ਜਦੋਂ ਇੱਕ ਪਰਸਨ ਜਿਹਨੇ ਤੁਹਾਨੂੰ ਰੱਖਿਆ ਹੋਇਆ ਉਹ ਖੁਦ ਫਾਈਨੈਂਸ਼ਲੀ ਸਟਰਗਲ ਕਰ ਰਿਹਾ ਵਾ, ਠੀਕ ਆ, ਉਹ ਤੁਹਾਨੂੰ ਸਪੋਰਟ ਲਈ ਤੁਹਾਨੂੰ ਰੱਖ ਰਿਹਾ ਵਾ, ਬਿਲਕੁਲ ਰੱਖੋ, ਇਹ ਵੀ ਨਹੀਂ ਕਿ ਤੁਸੀਂ ਰੱਖੋ ਨਾ, ਰੱਖੋ ਜਿਹੜੇ ਆ ਰਹੇ, ਜੇ ਤੁਸੀਂ ਗਏ ਜ਼ਰੂਰ ਰੱਖੋ ਕਿਸੇ ਨੂੰ ਥੋੜੀ ਦੇਰ ਲਈ, ਪਰ ਹਾਂ ਅਗਰ ਤੁਸੀਂ ਤੁਹਾਡਾ ਮੋਟਿਵ ਸੀਗਾ ਨਾ ਕਿ ਇੰਡੀਆ ਤੋਂ ਕੈਨੇਡਾ ਤੁਸੀਂ ਆਪਣੇ ਸਿਰ ਤੇ ਇੰਡੀਪੈਂਡੈਂਟ ਹੋਣ ਆਏ ਜੇ, ਤੇ ਫਿਰ ਤੁਸੀਂ ਇੰਡੀਪੈਂਡੈਂਟ ਬਣੋਗੇ, ਰਿਸਟ੍ਰਿਕਟ ਨਾ ਕਰੋ ਕਿ ਉੱਥੇ ਹੀ ਰਹਿਣਾ ਜਾਂ ਉਹਨਾਂ ਦੇ ਸਿਰ ਤੇ, ਹਾਂ, ਕਿਉਂਕਿ ਕੰਫਰਟ ਜ਼ੋਨ ਦੇ ਵਿੱਚ ਨਾ ਰਹਿ ਜਾਓ ਫਿਰ, ਕਿ ਆਪਣਾ ਕੰਫਰਟ ਜ਼ੋਨ ਨੂੰ ਚੇਂਜ ਕਰੋ, ਕਿਉਂਕਿ ਇੱਥੇ ਤੁਸੀਂ ਆਪਣੇ ਆਪ ਨੂੰ ਅਨਕੰਫਰਟ ਕਰਨ ਆਏ ਜੇ, ਇੱਥੇ ਤੁਸੀਂ ਐਸ਼ ਤੇ
ਚਲੋ ਮਾਰੇ ਦੀ ਕਿਰਪਾ ਨਾਲ ਇੱਡੀ ਛੇਤੀ ਸਮੇਂ ਬਾਅਦ ਬੰਦਾ ਕਰ ਹੀ ਲੈਂਦਾ ਹਾਂ ਪਰ ਸ਼ੁਰੂ ਚ ਮਤਲਬ ਥੋੜਾ ਜੇ ਸਟਰਗਲ ਵਾਲੀ ਲਾਈਨ ਆਪਾਂ ਚੋਣ ਹੀ ਲਈ ਆ ਫਿਰ ਉਹਦੇ ਚੋਂ ਘੱਟ ਫਿਰ ਕਰੋ ਸਟਰਗਲ ਹਨਾ ਬਿਲਕੁਲ ਜਿੱਦਾਂ ਕਈ ਜਣੇ ਹੈਗੇ ਵੀ ਆਪਾਂ ਜਾਣਦੇ ਆ ਭਾਜੀ ਹੁਣੀ ਉਹ ਉਹਨਾਂ ਤੇ ਇਦਾਂ ਵੀ ਉਹਨਾਂ ਨੇ ਰੱਖੇ ਵੀ ਆ ਕਈ ਜਣੇ ਪਰ ਉਹ ਮਤਲਬ ਹਨਾ ਇੱਕ ਨਹੀਂ ਵੀ ਹਾਂ ਠੀਕ ਹੈ ਤੂੰ ਰਹਿ ਸਾਲ ਰਹਿ 2 ਸਾਲ ਰਹਿ ਪਰ ਉਹਨਾਂ ਦੇ ਇਹ ਆ ਵੀ ਉਹ ਜਿਹੜੇ ਜਣੇ ਰਹਿੰਦੇ ਆ ਫਿਰ ਉਹ ਮਤਲਬ ਪੇ ਵੀ ਕਰਦੇ ਆ ਕੋਈ ਉਹਨਾਂ ਦੀ ਫੈਮਿਲੀ ਚ ਡਿਸਟਰਬੈਂਸ ਨਹੀਂ ਆ ਵੱਖਰਾ ਵੀ ਹਾਂ ਬੇਸਮੈਂਟ ਭਾਜੀ ਨੇ ਰੱਖੀ ਆ ਕਿ ਤੁਸੀਂ ਰਹਿਣਾ ਤੇ ਬੇਸਮੈਂਟ ਚ ਲੈ ਲਓ ਕਮਰਾ ਹਨਾ ਹਾਂ ਕਮਰਾ ਖਾਲੀ ਆ ਵੀ ਤੂੰ ਰਹਿ ਲਾ ਨਹੀਂ ਹੈਗਾ ਤੇ ਨਹੀਂ ਭਾਈ ਤੇ ਇੱਕ ਚੀਜ਼ ਹੋਰ ਜਿੱਦਾਂ ਮਤਲਬ ਕਿ ਰਿਸ਼ਤੇਦਾਰਾਂ ਕੋਲ ਆਉਣਾ ਤੇ ਇੱਕ ਐਕਸਪੈਕਟੇਸ਼ਨ ਹੁੰਦੀ ਆ ਕਿ ਅਗਲੇ ਸਾਨੂੰ ਯਾਰ ਜਿੱਦਾਂ ਇੰਡੀਆ ਹੁੰਦਾ ਆਪਣੇ ਮੰਮਾ ਹੋਣੀ ਆ ਬੜੀ ਜ਼ਿਆਦਾ ਹੋਸਪਿਟੈਲਿਟੀ ਪ੍ਰੋਵਾਈਡ ਕਰਦੇ ਆ ਰੋਟੀਆਂ ਬਣਾ ਦਿੰਦੇ ਆ ਬਣਾ ਕੇ ਛੱਡ ਕੇ ਇੱਥੇ ਕੋਈ ਨਹੀਂ ਆ ਇੱਥੇ ਮੈਂ ਪਰਸਨਲੀ ਹੁਣ ਜਿੱਦਾਂ ਜਾਂਦੀ ਹਾਂ ਮੈਂ ਕੰਮ ਤੇ ਹਨਾ ਸਵੇਰੇ ਮੈਂ ਬ੍ਰੇਕਫਾਸਟ ਨਹੀਂ ਬਣਾ ਕੇ ਜਾਂਦੀ ਕਿਸੇ ਲਈ ਵੀ ਕਿਉਂਕਿ ਮੈਂ ਖੁਦ ਦੇ ਲਈ ਬਣਾ ਕੇ ਚੱਲ ਜਾਂ ਮੇਰੇ ਲਈ ਓਨਾ ਹੀ ਹੁੰਦਾ ਹੈ ਸਾਰਾ ਦਿਨ ਮੈਂ ਮਤਲਬ ਕੰਮ ਕਰਨਾ ਹੁੰਦਾ ਤੂੰ ਜਾਂਦਾ ਹੈ ਤੂੰ ਆਪਣਾ ਬ੍ਰੇਕਫਾਸਟ ਕਰਕੇ ਚੱਲ ਜਾਂਦਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹਨਾ ਹੁਣ ਮੇਰੇ ਹਸਬੈਂਡ ਹੈ ਉਹ ਖੁਦ ਆਪਣਾ ਬ੍ਰੇਕਫਾਸਟ ਬਣਾ ਲੈਂਦੇ ਹਰੇਕ ਦਾ ਆਪੋ ਆਪਣਾ ਹੁਣ ਜੇ ਤੁਸੀਂ ਇੰਡੀਆ ਤੋਂ ਆਏ ਹੋ ਤੁਸੀਂ ਇਹ ਐਕਸਪੈਕਟ ਕਰੋ ਯਾਰ ਕਿੱਦਾਂ ਦਾ ਬੰਦਾ ਆ ਰੋਟੀ ਨਹੀਂ ਬਣਾ ਦੇ ਰੋਟੀ ਨਹੀਂ ਪੁੱਛੀ ਹਾਂ ਜੀ ਔਖੀ ਹੈ ਯਾਰ ਸਾਰਿਆਂ ਦਾ ਬੰਦਾ ਇੱਕ ਦੋ ਦਿਨ ਕਰ ਵੀ ਲੈਂਦਾ ਇੱਡਾ ਨਹੀਂ ਕੋਈ ਚੱਕਰ ਹੁੰਦਾ 2-3 ਦਿਨ ਦੇ ਆਪਾਂ ਵੀ ਕਰ ਹੀ ਲੈਂਦੇ ਹਾਂ ਬਿਲਕੁਲ ਪਰ ਇਹ ਵੀ ਜੇ ਰੋਜ਼ ਦੀ ਐਕਸਪੈਕਟੇਸ਼ਨ ਉਹ ਵਾਲਾ ਕੰਮ ਦਾ ਝੂਠ ਆ ਐਕਸਪੈਕਟੇਸ਼ਨ ਹਾਂ ਇਹ ਨਹੀਂ ਆ ਕਿ ਆਪਾਂ ਕਦੀ ਮਤਲਬ ਰੋਟੀ ਪਾਣੀ ਨਹੀਂ ਹਾਂ ਆਪਾਂ ਸ਼ਾਮ ਦੇ ਟਾਈਮ ਅਸੀਂ ਆਪਣਾ ਖਾਣਾ ਬਣਾ ਰਹੇ ਸੀ ਨਾਲ ਤੁਹਾਡਾ ਸਭ ਦਾ ਬਣਾ ਲੈਂਦੇ ਹਾਂ ਬਟ ਇਹਦਾ ਮਤਲਬ ਇਹ ਨਹੀਂ ਕਿ ਹੁਣ ਸਵੇਰ ਦੁਪਹਿਰ ਜਿੱਦਾਂ ਇੰਡੀਆ ਹਨਾ ਮਤਲਬ ਆਪਣੇ ਹੁੰਦੇ ਆ ਆਪਣੇ ਘਰਾਂ ਦੇ ਵਿੱਚ ਕਿ ਆਪਾਂ ਬਹੁਤ ਜ਼ਿਆਦਾ ਹੋਸਪਿਟੈਲਿਟੀ ਪ੍ਰੋਵਾਈਡ ਕਰਦੇ ਹਾਂ ਤੇ ਉਹ ਇੱਥੇ ਦੇ ਲਾਈਫ ਸਟਾਈਲ ਦੇ ਹਿਸਾਬ ਨਾਲ ਬਹੁਤ ਔਖਾ ਹੋ ਜਾਂਦਾ ਕਿਸੇ ਲਈ ਕਰਨਾ ਕਿਉਂਕਿ ਘਰਾਂ ਦੇ ਵਿੱਚ ਹਰ ਕੋਈ ਮੈਂਬਰ ਹੀ ਯੂ ਨੋ ਜੋਬਸ ਤੇ ਜਾਂਦਾ ਆ ਕੰਮ ਕਰਦਾ ਸਭ ਦੀ ਇੱਕ ਆਪਣੀ ਲਾਈਫ ਚੱਲ ਰਹੀ ਇੱਕ ਐਜ਼ ਅ ਫੈਮਿਲੀ ਤੇ ਲਾਈਫ ਚੱਲਦੀ ਚੱਲਦੀ ਇੱਥੇ ਏਦਾਂ ਹੈ ਕਿ ਸਭ ਦੀ ਇੱਕ ਪਰਸਨਲ ਲਾਈਫ ਵੀ ਚੱਲੀ ਜਾਂਦੀ ਆ ਸੋ ਚੀਜ਼ਾਂ ਨੂੰ ਆਪਾਂ ਨੂੰ ਬੜਾ ਵੇਖ ਕੇ ਇੱਥੇ ਆਣ ਕੇ ਮਤਲਬ ਕਰਨਾ ਪੈਂਦਾ ਹੈ ਹਨਾ ਤੇ ਫਿਰ ਜੋਬ ਸਕੈਮ ਦੇ ਬਾਰੇ ਆਪਾਂ ਗੱਲ ਕਰਦੇ ਆ ਅੱਜ ਕੱਲ ਸਟੂਡੈਂਟਸ ਦੇ ਨਾਲ ਖਾਸ ਕਰਕੇ ਬਹੁਤ ਜ਼ਿਆਦਾ ਚੱਲਦੇ ਆ ਤੇ ਤੂੰ ਆਪਣੇ ਇੱਕ ਸਾਡੇ ਮੇਰੇ ਭਰਾ ਨਾਲ ਹੋਇਆ ਸੀਗਾ ਇੱਕ ਜੋਬ ਸਕੈਮ ਤੇ ਆਪਾਂ ਉਹ ਥੋੜਾ ਜਿਹਾ ਕਰਦੇ ਆ ਡਿਸਕਸ ਹਾਂਜੀ ਜੋਬ ਸਕੈਮ ਦਾ ਇਦਾਂ ਵੀ ਮੈਂ ਸਟੂਡੈਂਟ ਹੀ ਉਦੋਂ ਤੇ ਮੈਂ ਜੋਬ ਲੱਭਦਾ ਹੀ ਤੇ ਇੰਡੀਡ ਤੋਂ ਹੀ ਵੀ ਜੋਬ ਪ੍ਰੋਪਰ ਇੰਟਰਵਿਊ ਹੋਈ ਸਭ ਕੁਝ ਤੇ ਫਿਰ ਉਸ ਤੋਂ ਬਾਅਦ ਨਹੀਂ ਪ੍ਰੋਪਰ ਨਹੀਂ ਸੀ ਹੋਈ ਫੋਨ ਤੇ ਹੋਈ ਸੀਗੀ ਚੈਟ ਦੇ ਥਰੂ ਇੱਕ ਚੈਟ ਦੇ ਥਰੂ ਹੀ ਇੱਕ ਜਿਹਦੇ ਨਾਲ ਸਕੈਮ ਆਇਆ ਸੀ ਉਹ ਮਤਲਬ ਮੇਰੀ ਪ੍ਰੋਪਰ ਇੰਟਰਵਿਊ ਹੋਈ ਸੀ ਵੀਡੀਓ ਵਾਲੀ ਮੇਰੇ ਕੋਲ ਹੱਲੇ ਵੀ ਉਹਦੀਆਂ ਫੋਟੋਆਂ ਵਗੈਰਾ ਪਈਆਂ ਉਹ ਪ੍ਰੋਪਰ ਇੰਟਰਵਿਊ ਹੋਈ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਤਲਬ 2-3 ਦਿਨ ਕੰਮ ਤੇ ਵੀ ਆਹ ਕਰ ਦੋ ਉਹ ਕਰ ਦੋ ਹਨਾ ਫਿਰ ਉਹਨਾਂ ਨੇ ਜਦੋਂ ਪੇ ਚੱਕ ਜਾ ਭੇਜਣਾ ਸੀ ਉਹਨਾਂ ਨੇ ਚੱਕ ਨਕਲੀ ਭੇਜਤਾ ਤੇ ਉਹ ਕਹਿੰਦੇ ਵੀ ਤੁਸੀਂ ਇਹਦਾ ਆਹ ਚੀਜ਼ਾਂ ਵੀ ਐਕਸਟਰਾ ਪੈਸੇ ਭੇਜੇ ਆ ਤੇ ਤੁਸੀਂ ਲੈਪਟਾਪ ਲੈ ਲਿਓ ਆਹ ਕਰ ਲਿਓ ਉਹ ਕਰ ਲਿਓ ਹਨਾ ਤੇ ਉਹ ਮੈਂ ਜਦੋਂ ਚੱਕ ਜਮਾ ਕਰਾਇਆ ਤੇ ਨਾਲੇ ਤੁਸੀਂ ਦੱਸਤਾ ਵੀ ਯਾਰ ਇਹ ਚੀਜ਼ ਤੇ ਪੋਸੀਬਲ ਹੀ ਨਹੀਂ ਹੈਗੀ ਜਦੋਂ ਬੈਂਕ ਚ ਜਾ ਕੇ ਪੁੱਛਿਆ ਤੇ ਉਹ ਕਹਿੰਦੇ ਵੀ ਹਾਂ ਇਹ ਚੀਜ਼ ਵੀ ਨਕਲੀ ਆ ਮਤਲਬ ਫਰੌਡੂਲੈਂਟ ਹੀ ਕੋਈ ਸਕੈਮ ਹੋਇਆ ਫਿਰ ਉਹ ਤੋਂ ਬਾਅਦ ਵੀ ਇਹ ਚੀਜ਼ਾਂ ਸਟੂਡੈਂਟਾਂ ਨਾਲ ਬਹੁਤ ਜਾਂਦੀ ਹੁੰਦੀ ਸਕੈਮ ਨਾਲ ਕਿ ਆਪਣਾ ਇੱਕ ਤਾਂ ਵੀ ਤੁਹਾਡੀ GIC ਕੀ ਆ ਤੁਹਾਡੇ ਸਿਨ ਨੰਬਰ ਕੰਪਰੋਮਾਈਜ਼ ਹੋ ਗਿਆ ਤੁਹਾਡੀ ਬੈਂਕਿੰਗ ਇਨਫੋ ਕੰਪਰੋਮਾਈਜ਼ ਹੋ ਗਈ ਆ ਸਟ੍ਰਿਕਟਲੀ ਲਿਕ ਸਟਾਰ ਟੂ ਟਾਕ ਟੂ ਰਿਪਰੈਜ਼ੈਂਟੇਟਿਵ ਐਂਡ ਆ ਸਾਰਾ ਜਾਂ ਤੁਹਾਨੂੰ ਜੇਲ੍ਹ ਤੋਂ ਤੁਹਾਨੂੰ ਅਟਰ ਆਇਆ ਤੁਸੀਂ ਜੇ ਤੁਹਾਨੂੰ ਪੁਲਿਸ ਆ ਜਾ ਤੁਹਾਡਾ ਵੀਜ਼ਾ ਕੈਨਸਲ ਹੋ ਗਿਆ ਇਹ ਸਕੈਮ ਜਿਹੜੇ ਉਹ ਬਹੁਤ ਜ਼ਿਆਦਾ ਚੱਲਦੇ ਆ ਸੋ ਖਾਸ ਕਰਕੇ ਸਟੂਡੈਂਟਸ ਨੂੰ ਚਾਹੀਦਾ ਕਦੀ ਵੀ ਤੁਹਾਡਾ ਬੈਂਕ ਕਦੀ ਵੀ ਤੁਹਾਡਾ ਸਿਨ ਨੰਬਰ ਵਾਲੇ IRCC ਕੋਈ ਵੀ ਤੁਹਾਨੂੰ ਕਾਲ ਕਰਕੇ ਨਹੀਂ ਇਦਾਂ ਕੁਝ ਵੀ ਕਹੂਗਾ ਹਰ ਚੀਜ਼ ਅਫੀਸ਼ਲੀ ਲੈਟਰ ਚਾਹੂਗੀ ਹਰ ਚੀਜ਼ ਅਫੀਸ਼ਲੀ ਮੇਲ ਚਾਹੂਗੀ ਜੇ ਤੁਹਾਨੂੰ ਕੋਈ ਕੁਐਸਚਨ ਹੈ ਉਹ ਵਾਲਾ ਫੋਨ ਹੈਂਗ ਅਪ ਕਰਕੇ ਦੁਬਾਰਾ ਕਾਲ ਲਾ ਲਓ IRCC ਨੂੰ ਕੋਈ ਨਾ ਕੋਈ ਉਹ ਤੁਹਾਨੂੰ ਇਨਫੋ ਦੇ ਦੇਣਗੇ ਪਰ ਇਹ ਵਿੱਚ ਐਵੇਂ ਫੋਨ ਤੇ ਯਕੀਨ ਨਾ ਕਰ ਲਿਆ ਕਰੋ ਜਿੱਦਾਂ ਮੈਂ ਕਰ ਲਿਆ ਮੈਂ ਤੁਹਾਨੂੰ ਪੁੱਛਿਆ ਨਹੀਂ ਸੀ ਨਾ ਤਾਂ ਕਰਕੇ ਕਿਉਂਕਿ ਉਸ ਟਾਈਮ ਤੂੰ ਬੜੀਆਂ ਜ਼ਿਆਦਾ ਜੋਬਾਂ ਲੱਭਣੀਆਂ ਰੋਜ਼ ਹੀ ਕੋਈ ਨਾ ਕੋਈ ਤੇਰਾ ਸਵਾਲ ਹੁੰਦਾ ਰੋਜ਼ ਹੀ ਮਤਲਬ 2-3 ਇੰਟਰਵਿਊ ਦੇਣੀਆਂ ਉਦੋਂ ਚੱਲ ਕੋਈ ਨੀ ਜਾਣਦੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਬੜਾ ਕੁਐਸਚਨ ਆਉਂਦਾ ਵਾ ਮੈਨੂੰ ਭੈਣਾਂ ਦਾ ਤੇ ਜਾਂ ਫਿਰ ਸਟੂਡੈਂਟਸ ਦਾ ਪੁੱਛਦੇ ਆ ਹਨਾ ਕਿ ਸਿੱਖੀਜ਼ਮ ਬਾਰੇ ਕਿ ਇੱਥੇ ਆਣ ਕੇ ਅਸੀਂ ਟੁੱਟ ਗਏ ਆ ਜਾਂ ਅਸੀਂ ਇੰਡੀਆ ਪੰਜਾਬ ਜਿੱਦਾਂ ਜੁੜੇ ਸੀਗੇ ਸਾਡੇ ਘਰੇ ਪਾਠ ਕਰਦੇ ਸੀ ਸਾਰੇ ਜਣੇ ਇੱਥੇ ਆਣ ਕੇ ਮੇਰਾ ਪਾਠ ਛੁੱਟ ਗਿਆ ਆ ਜਾਂ ਇੱਥੇ ਆਣ ਕੇ ਸਿੱਖੀਜ਼ਮ ਤੋਂ ਬੰਦਾ ਟੁੱਟ ਜਾਂਦਾ ਆ ਮਤਲਬ ਗੁਰਦੁਆਰਿਆਂ ਤੱਕ ਸੀਮਤ ਰਹਿ ਜਾਂਦਾ ਮਤਲਬ ਮੈਂ ਗੁਰਦੁਆਰੇ ਜਾਣਾ ਮਾੜੀ ਗੱਲ ਨਹੀਂ ਆ ਪਰ ਜਿੱਦਾਂ ਉਹ ਮੈਨੂੰ ਲਿਟਰਲੀ ਕਿਸੇ ਦਾ ਮੈਸੇਜ ਆਇਆ ਤੇ ਉਹਦੇ ਵਿੱਚ ਉਹ ਗੱਲ ਕਹਿ ਰਹੇ ਸੀ ਕਿ ਗੁਰਦੁਆਰੇ ਜਾਣਾ ਤੇ ਇੱਦਾਂ ਹੁੰਦਾ ਹੈ ਕਿ ਯਾਰ ਅੱਜ ਲੰਗਰ ਰੋਟੀ ਨਹੀਂ ਬਣ ਰਹੀ ਤੇ ਇੱਦਾਂ ਕਰਦੇ ਲੰਗਰ ਛਕ ਆਉਂਦੀ ਆ ਹਨਾ ਸੋ ਮਤਲਬ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਇੱਥੇ ਆਪਾਂ ਕਿੱਦਾਂ ਸਭ ਕੁਝ ਆਪਣਾ ਲਾਈਫ ਸਟਾਈਲ ਰੱਖਣ ਦੇ ਨਾਲ ਨਾਲ ਬਾਕੀ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਲਾਈਫ ਸਟਾਈਲ ਤੋਂ ਵੀ ਤਾਂ ਨੇ ਉਹ ਆਪਾਂ ਕਿੱਦਾਂ ਮੇਨਟੇਨ ਕਰ ਸਕਦੇ ਹਾਂ ਜਿਹੜਾ ਆਪਣਾ ਇਹ ਕਹਿੰਦੇ ਆ ਵੀ ਕੈਨੇਡਾ ਕੇ ਸਿੱਖੀ ਨਾਲ ਟੁੱਟ ਜਾਂਦੇ ਮੇਰੇ ਨਾਲ ਤੇ ਬਿਲਕੁਲ ਓਪੋਜ਼ਿਟ ਹੋਇਆ ਤੁਹਾਡੇ ਨਾਲ ਵੀ ਹਨਾ ਬਿਲਕੁਲ ਓਪੋਜ਼ਿਟ ਹੀ ਆ ਸਾਡੇ ਤੇ ਉੱਥੇ ਤੇ ਮੈਂ ਚੋਲਾ ਕਦੀ ਪਾਇਆ ਨਹੀਂ ਜਾਂ ਮੈਂ ਦਮਾਲਾ ਨਹੀਂ ਸੀ ਚਾਹੁੰਦਾ ਪੱਗ ਬੰਨਣੀ ਕਦੀ ਕਦੀ
ਕੈਨੇਡਾ ਆ ਕੇ, ਪਰ ਇਹ ਆ ਵੀ ਮਹਾਰਾਜ ਦੀ ਕਿਰਪਾ ਹੋਈ ਤੇ ਜੇ ਤੁਹਾਡੀ ਸੰਗਤ ਸਹੀ ਰਵੇ, ਜੇ ਤੁਹਾਡਾ ਫਰੈਂਡ ਸਰਕਲ ਉਦਾਂ ਦਾ ਰਹੇ, ਜੇ ਤੁਸੀਂ ਕਹੋ ਵੀ ਮਤਲਬ ਸਾਡੇ ਚਾਰ ਸਿੰਘ ਫਰੈਂਡ ਅਮਰਧਾਰੀ ਹੈ ਜਾਂ ਚਾਰ ਸਿੰਘ ਵੀ, ਉਹ ਕਹੇ ਮੈਂ ਕਿਸੇ ਨੂੰ ਪੁੱਛਿਆ ਸੀ ਆਪਣਾ ਕੰਮ ਤੇ, ਮੈਂ ਵੀ ਨਾਮ ਸਿਮਰਨ ਕਰਦੇ ਹੁੰਦੇ, ਕਹਿੰਦੇ ਨਹੀਂ ਮੇਰੇ ਪਾਪਾ ਗੁਰਦੁਆਰੇ ਦੇ ਪ੍ਰਧਾਨ, ਉਹਦੇ ਨਾਲ ਤੁਹਾਨੂੰ ਫਲ ਨਹੀਂ ਮਿਲਣਾ ਪੰਜਾਬ ਵੀ, ਤੁਸੀਂ ਇੱਥੇ ਜੋ ਮਰਜ਼ੀ ਕਰੀ ਚੱਲੋ, ਤੁਹਾਨੂੰ ਜੀਵਨ 'ਚ ਆਪਣੇ ਵਾਸਤੇ ਵੀ ਆਪਣਾ ਕਾਰਜ ਆਪ ਸਵਾਰਨਾ ਪੈਣਾ, ਜਿੱਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਲਿਖਿਆ, ਹਰ ਕਾ ਤੁਸੀਂ ਅਗਰ ਗੁਰੂ ਦੇ ਚਰਨਾਂ 'ਚ ਜਾਣਾ ਤੇ ਫਿਰ ਮਤਲਬ ਤੁਹਾਨੂੰ ਆਪਣਾ ਸਭ ਕੁਝ ਛੱਡ ਕੇ ਫਿਰ ਜਾਣਾ ਪੈਂਦਾ, ਗੁਰੂ ਕਰੇ ਵੀ ਤੁਹਾਨੂੰ ਆਪਣਾ ਹਉਮੈ ਹੰਕਾਰ ਦੁਆ ਸ਼ਰਮਿੰਦਾ ਈਰਖਾ ਛੱਡ ਕੇ ਗੁਰੂ ਦੇ ਚਰਨਾਂ ਨਾਲ ਜੁੜਨਾ ਪੈਂਦਾ। ਕੈਨੇਡਾ 'ਚ ਜੇ ਮੈਂ ਪਰਸਨਲੀ ਗੱਲ ਕਰਾਂ ਤੇ ਮੈਨੂੰ ਇੱਥੇ ਸਿੱਖੀ ਜ਼ਿਆਦਾ ਪ੍ਰਚਲਿਤ ਲੱਗਦੀ ਹੈ, ਮੈਨੂੰ ਲੱਗਦਾ ਵੀ ਇੱਥੇ ਸਿੱਖੀ ਦਾ ਬੂਟਾ ਜ਼ਿਆਦਾ ਵਾ, ਇੱਥੇ ਤੁਹਾਨੂੰ ਕੋਈ ਜੱਜ ਨਹੀਂ ਕਰਦਾ। ਮੈਂ ਹੁਣ ਮਤਲਬ ਮਹਾਰਾਜ ਦੀ ਕਿਰਪਾ ਹੋ ਜੇ, ਗੁਰੂ ਪਾਤਸ਼ਾਹ ਕਿਰਪਾ ਕਰਨ ਤੇ 90% ਆਫ ਟਾਈਮ ਚੋਲੇ 'ਚ ਹੀ ਰਹੀਦਾ, ਬਿਲਕੁਲ। ਪਰ ਪਰ ਤੇ ਇੱਥੇ ਜਦੋਂ ਮੈਨੂੰ ਤੂੰ ਕੋਈ ਜੱਜ ਆਇਆ ਨਹੀਂ ਸੀਗਾ ਉਦੋਂ ਚੋਲਿਆਂ ਦਾ, ਜਦੋਂ ਤੈਨੂੰ ਮੈਂ ਕਹਿੰਨੀ ਹੁੰਦੀ ਸੀ ਕਿ ਸੰਗਤ ਤੇ ਜਾ ਲਈ ਚੋਲਾ ਪਾਲਾ ਯਾਰ, ਹਨਾ, ਉਦੋਂ ਤੈਨੂੰ ਕਿੱਦਾਂ ਦਾ ਫੀਲ ਹੁੰਦਾ ਉਦੋਂ ਸੀ? ਮੈਨੂੰ ਹੁੰਦਾ ਨਹੀਂ ਯਾਰ ਵੀ ਕੀ ਐਵੇਂ ਦੱਸੋ ਉੱਥੇ ਤੇ ਜਿੱਦਾਂ ਦਿਨ ਬਾਬੇ ਪਹਿਲੇ ਬਣ ਦਿਨ ਕੇ। ਤੋਂ ਚੋਲਾ ਪਾ ਕੇ ਗਿਆ, ਹਾਂ ਤੂੰ ਉਹਦੇ ਪੂਰਾ ਯਾਰ ਪਸੀਨੇ ਛੁੱਟਣ ਦੇ, ਇਹਨੂੰ ਲੱਗਣ ਦਿਆ ਕਿ ਪਤਾ ਨਹੀਂ ਮੈਂ ਆਪਣੀ ਜ਼ਿੰਦਗੀ 'ਚ ਕੀ ਕਰਨ ਦਿਆ। ਯਾ ਉੱਤੇ ਉਹ ਆ ਵੀ ਤੁਸੀਂ ਆਪਣਾ ਫਰੈਂਡ ਸਰਕਲ ਸਹੀ ਰੱਖੋ, ਫਰੈਂਡ ਸਰਕਲ ਦੇ ਨਾਲੋਂ ਨਾ ਮੈਨੂੰ ਲੱਗਦਾ ਵੀ ਜੇ ਤੁਸੀਂ ਸੰਗਤ ਸੰਗਤ ਸਹੀ ਰੱਖੋ ਨਾ, ਵੀ ਗੁਰੂ ਘਰੇ ਜਾ ਕੇ ਆਪਣੇ ਤੋਂ ਵੱਡਿਆਂ ਨੂੰ ਸੁਣੋ, ਆਪਣੀਆਂ ਸਲਾਹਾਂ ਨਾ ਦਿਓ, ਉਹਨਾਂ ਦੀਆਂ ਸੁਣੋ ਵੀ ਉਹ ਕੀ ਕਹਿੰਦੇ, ਕਿਉਂਕਿ ਆਪਣੇ ਤੋਂ ਜਿਹੜਾ ਵੱਡਾ ਵਾ ਉਹਨੂੰ ਗਿਆਨ ਹਮੇਸ਼ਾ ਜ਼ਿਆਦਾ ਹੋਊਗਾ, ਤੇ ਜੇ ਤੁਹਾਨੂੰ ਕਿਸੇ ਚੀਜ਼ ਦਾ ਪਤਾ ਵੀ ਆ ਤੇ ਇਦਾਂ ਰਿਐਕਟ ਕਰੋ ਵੀ ਤੁਹਾਨੂੰ ਕੁਝ ਨਹੀਂ ਪਤਾ, ਕਿਉਂਕਿ ਜਦੋਂ ਆਪਾਂ ਗਿਆਨ ਲੈਣ ਜਾਂਦੇ ਹਾਂ ਤੇ ਫਿਰ ਆਪਾਂ ਨੂੰ ਆਪਣਾ ਸਭ ਕੁਝ ਗਿਆਨ ਛੱਡ ਕੇ ਫਿਰ ਦੂਸਰੇ ਤੋਂ ਗਿਆਨ ਅਡਾਪਟ ਕਰਨਾ ਪੈਂਦਾ ਫਿਰ, ਤੇ ਜਦੋਂ ਆਪਾਂ ਗੁਰੂ ਘਰੇ ਜਾ ਕੇ ਵੀ ਧਿਆਨ ਰਹਿਣਾ ਵਾ ਕੌਣ ਆਇਆ ਕੌਣ ਵੇਖਣ ਦਿਆ ਕਿੱਧਰ ਜਾਂਦੇ ਆ, ਵੜਦਿਆਂ ਸਾਰ ਪਹਿਲਾਂ ਵੇਖਣਾ ਵੀ ਯਾਰ ਉਹ ਬੰਦਾ ਆਇਆ ਵਾ, ਇਹਨੂੰ ਆਪਾਂ ਜਾਣਦੇ ਹਾਂ ਯਾਰ ਵੀ ਭਲਾ, ਚੱਲ ਗੁਰਦੁਆਰੇ ਜਾਂਦੇ ਹਾਂ ਇੱਥੇ ਮਿਲਦਾ ਹੁੰਦਾ, ਉਹ ਚੀਜ਼ਾਂ ਛੱਡ ਕੇ ਗੁਰੂ ਘਰੇ ਆ ਕੇ ਤੇ ਫਿਰ ਆਪਾਂ ਗੁਰੂ ਦੇ ਹੀ ਦਰਸ਼ਨ ਕਰੀਏ, ਤੇ ਮਹਾਰਾਜ ਦੇ ਚਰਨਾਂ 'ਚ ਫਿਰ ਜੇ ਕੈਨੇਡਾ ਦੀ ਗੱਲ ਕਰੀਏ ਹਰ ਚੀਜ਼ ਆਪਣੇ ਹੱਥ ਵਾਸੀ, ਅਸੀਂ ਵੀ ਇਦਾਂ ਦੇ ਹੀ ਆ, ਲਾਈਕ ਅਸੀਂ ਕੋਈ ਏਡੇ ਉਹ ਨਹੀਂ ਆ ਕਿ ਹਾਂ ਵੀ ਆਪਾਂ ਅਸੀਂ ਇਹ ਬ੍ਰਹਮ ਚੀਜ਼ਾਂ ਗਿਆਨੀ ਨਹੀਂ ਡਿਸਕਸ ਕਰਨ ਦੇ ਆ, ਕਿਉਂਕਿ ਸਾਡੇ ਸਾਡੇ ਅਸੀਂ ਵੀ ਇਹਨਾਂ ਚੀਜ਼ਾਂ 'ਚ ਫਸੇ ਹੋਏ ਆ, ਸਾਡੇ 'ਚ ਵੀ ਕੋਈ ਏਡੇ ਅਸੀਂ ਤੁਹਾਡੇ ਤੋਂ ਵੱਖਰੇ ਨਹੀਂ ਹੈਗੇ, ਜਾਂ ਹਾਂਜੀ ਆਪਾਂ ਕੋਈ ਏਡੇ ਤਾਂ ਨਹੀਂ ਹੈਗੇ, ਜਾਂ ਅਸੀਂ ਉਹੋ ਜਿਹੇ ਕਿਸੇ ਮੁਕਾਮ ਤੇ ਪਹੁੰਚੇ ਨਹੀਂ ਹੈਗੇ, ਬਸ ਇਹ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਰਹੋ, ਤੇ ਸਭ ਤੋਂ ਵਧੀਆ ਤਰੀਕਾ ਇਹ ਹੁੰਦਾ, ਇੱਕ ਤੇ ਆਪਣੀ ਸੰਗਤ ਤੇ, ਇੱਕ ਗੁਰੂ ਸਾਹਿਬ ਅੱਗੇ ਰੋਜ਼ ਅਰਦਾਸ ਕਰੋ ਕਿ ਮੈਨੂੰ ਵਧੀਆ ਸੰਗਤ ਮਿਲੀ ਰਵੇ ਤੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਜੁੜਿਆ ਰਵਾਂ ਹਮੇਸ਼ਾ, ਹਨਾ, ਲਾਈਕ ਕੋਈ ਚੀਜ਼ ਮੈਂ ਗਲਤ ਨਾ ਕਰਾਂ, ਮੈਨੂੰ ਰਸਤਾ ਸਹੀ ਵਿਖਾਈ ਜਾਣ, ਹਨਾ। ਸੋ ਇਹ ਚੀਜ਼ਾਂ, ਰਾਖੇ ਠਾਕੁਰ, ਹਾਂ ਬਿਲਕੁਲ, ਉਹੀ ਬਦਲ ਸਕਦਾ ਜਾਂ ਉਹੀ ਸਿੱਖੀ ਦੇ ਰਾਹ ਤੇ ਤੁਰ ਸਕਦਾ ਜਿਹਦੇ ਤੇ ਮਹਾਰਾਜ ਨੇ ਕਿਰਪਾ ਬਿਲਕੁਲ ਕੀਤੀ, ਬਿਲਕੁਲ। ਹਰ ਇਨਸਾਨ ਦੇ ਹੱਥ ਵਸ ਕੁਝ ਨਹੀਂ ਹੈਗਾ, ਪਰ ਇਹ ਹੈ ਵੀ ਜੇ ਮਹਾਰਾਜ ਨੇ ਕਿਰਪਾ ਕੀਤੀ ਫਿਰ ਇਹਦਾ ਮਲਵਾਣ ਵੀ ਤੁਸੀਂ ਉਹ ਵੀ ਨਹੀਂ ਕਰਨਾ, ਅਭਿਆਸ ਹੀ ਨਹੀਂ ਕਰਨਾ, ਪ੍ਰਯਾਸ ਹੀ ਨਹੀਂ ਕਰਨਾ, ਤੁਹਾਨੂੰ ਮਤਲਬ ਸਭ ਕੁਝ ਛੱਡ ਕੇ ਵੀ ਚਾਹੇ ਭਲਾ ਕਹਾ ਚਾਹੇ ਬੁਰਾ ਕਹੋ, ਮੋਹੇ ਤਨ ਦੀ ਹੈ ਹਟਾਰ ਵਾਂਗੂ ਗੁਰੂ ਦੇ ਚਰਨਾਂ 'ਚ ਮਤਲਬ ਢਹਿ ਕੇ ਪੈ ਜਾਣਾ ਪੈਣਾ ਵਾ ਕਿ ਮੇਰੇ ਲਿਖੋ ਦਿਆਲ, ਢਹਿ ਪਾਇਆ ਦੁਆਰੇ, ਫਿਰ ਹੀ ਮਾਰੇ ਕਿਰਪਾ ਕਰਨਗੇ। ਜੇ ਤੁਸੀਂ ਕਹੋ ਵੀ ਆਪੇ ਜਦੋਂ ਤੁਹਾਡਾ ਮਨ ਕਰੂ ਤੇ ਫਿਰ ਗੁਰੂ ਹੰਕਾਰਿਆ ਸੋ ਮਾਰੇ ਹੀ ਆ, ਹੰਕਾਰਿਆ ਨੂੰ ਤਾਂ ਵੈਸੇ ਵੀ ਨਹੀਂ, ਪਰ ਨਿਮਾਣੇ ਬਣ ਕੇ ਜਾਓ, ਮਾਰੇ ਕਿਰਪਾ ਕਰਦੇ ਆ ਜ਼ਰੂਰ। ਹਰ ਕੋਈ ਬੰਦਾ ਧਰਮ 'ਚ ਪਰਵੱਖ ਨਹੀਂ ਹੁੰਦਾ, ਹੋ ਸਕਦਾ ਕੋਈ ਅੱਜ ਹੀ ਚੜਿਆ ਹੋਵੇ ਉਸ ਪੌੜੀ ਤੇ ਜਾਂ ਹਲੇ ਚੜਨ ਦੀ ਸੋਚਣ ਹੀ ਦਿਆ, ਜਦੋਂ ਤੁਸੀਂ ਹੱਥ ਮਾਰ ਕੇ ਖਿੱਚ ਲੈਂਦੇ ਹੋ ਡਿੱਗ ਜਾਂਦੇ, ਫਿਰ ਮੁੰਦੜੇ ਮੂੰਹ ਚੜਨਾ ਬੜਾ ਔਖਾ ਹੋ ਜਾਂਦਾ, ਜਿੰਨੀ ਦੇਰ ਮਹਾਰਾਜ ਦੋਹਰੇ ਕਿਰਪਾ ਨਾ ਕਰਨ, ਹਨਾ। ਸੋ ਸਪੋਰਟ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਲੱਗਦਾ ਵੀ ਨਹੀਂ ਵੀ ਹੱਲੇ ਸਾਡੇ ਤੇ ਨਹੀਂ ਕਿਰਪਾ ਹੋਈ, ਉਹ ਮਹਾਰਾਜ ਦੀ ਕਿਰਪਾ ਕਿਤੇ ਮਹਾਰਾਜ ਨੇ ਟੱਲੀ ਮਾਰ ਕੇ ਜਾਂ ਫਿਰ ਕੋਈ ਮਤਲਬ ਸ਼ੰਖ ਚੱਕਰ ਨਗਾਰੇ ਵਜਾ ਕੇ ਤਾਂ ਕਰਨੀ ਨਹੀਂ, ਮਹਾਰਾਜ ਨੇ ਕਿਰਪਾ ਬਾਣੀ 'ਚੋਂ ਹੀ ਕਰਨੀ ਹੈ, ਬਾਣੀ ਪੜ੍ਹਨੀ ਵਧਾਓ, ਵੱਧ ਤੋਂ ਵੱਧ ਬਾਣੀ ਪੜ੍ਹੋ ਤੇ ਕੇਸ ਕਤਲ ਨਾ ਕਰਾਓ, ਤੇ ਜਿੰਨੀ ਛੇਤੀ ਹੋ ਸਕਦਾ ਮਹਾਰਾਜ ਦੀਆਂ ਚਰਨਾਂ ਡੰਡੋਤਾਂ ਬੰਧਨਾ ਕਰਕੇ ਵੀ ਮਹਾਰਾਜ ਕਰੋ ਕਿਰਪਾ, ਅੰਮ੍ਰਿਤ ਦੀ ਪੌਲ ਬਖਸ਼ਣ ਮਹਾਰਾਜ ਫੇਰੀ ਆ। ਜੇ ਆਪਾਂ ਕਹੀਏ ਵੀ ਮਹਾਰਾਜ ਸਿੱਖ ਬੰਨਾ ਪਰ ਅੰਮ੍ਰਿਤ ਛਕਣ ਵਾਲੇ ਤਿਆਰ ਨਹੀਂ, ਜਾਂ ਕੇਸ ਜੇ ਕੇਸ ਕਤਲ ਕਰਾਈ ਜਾਂਦੇ, ਜੇ ਸਕੂਲ 'ਚ ਉਹਦੇ ਦਾਖਲੇ ਦੀ ਆਪਾਂ ਵਰਦੀ ਨਾ ਪਾਵਾਂਗੇ, ਸਕੂਲ 'ਚ ਉਹਨਾਂ ਨੇ ਵੜਨ ਨਹੀਂ ਦੇਣਾ, ਤੁਸੀਂ ਕਿਸੇ ਹੋਰ ਸਕੂਲ ਦੀ ਵਰਦੀ ਪਾ ਕੇ ਮਾਡਰਨਾਈਜੇਸ਼ਨ ਦੇ ਨਾਲ ਗੁਰੂ ਦੇ ਕੋਲ ਜਾਓਗੇ, ਫਿਰ ਗੁਰੂ ਨੇ ਕਹਿਣਾ ਵੀ ਮਤਲਬ ਤੂੰ ਸਾਡੇ ਵਾਲਾ ਥੋੜੀ ਹੈ, ਮਹਾਰਾਜ ਨੇ ਜਿਹੜੇ ਸਟਾਰਟ ਕਰਨਾ ਪੈਣਾ, ਤੇ ਸਟਾਰਟ ਤੇ ਕਰੋ, ਸ਼ੁਰੂ ਕਰਨਾ ਪੈਣਾ, ਚਰਨ ਸ਼ਰਨ ਗੁਰ ਇੱਕ ਪਿੰਡਾ ਜਾਏ, ਚੱਲ ਸਤਿਗੁਰੂ ਉੱਠ ਪਿੰਡਾ ਅੱਗੇ ਹੋਏ ਲੇ, ਮਹਾਰਾਜ ਕਰਨਗੇ ਕਿਰਪਾ। ਬਸ ਫਿਰ ਹੋਰ ਕੋਈ ਕੋਈ ਸਵਾਲ ਹੋਵੇ, ਕੋਈ ਨਹੀਂ ਬਸ ਆਪਣਾ ਕੋਈ ਕਿੱਸਾ ਤੋਂ ਸ਼ੇਅਰ ਕਰਨਾ ਹੋਵੇ, ਨਹੀਂ ਮੇਰੇ ਹਿਸਾਬ ਨਾਲ ਬਹੁਤ ਮੈਂ ਚੱਲ, ਮੈਂ 15-16 ਚ ਹੋ ਗਿਆ ਮੈਨੂੰ ਕਿ ਮੈਂ ਵੀ ਜਾਣਾ ਕੈਨੇਡਾ ਕੈਨੇਡਾ, ਤੇ ਹੁਣ ਇੱਥੇ ਕਾਫੀ ਜਣੇ ਨੇ ਕਹਿਣਾ ਕਿ ਆਪ ਤੇ ਤੈਨੂੰ 15-16 ਦੀ ਪੈ ਗਈ, ਤੇ ਸਾਨੂੰ ਤਾਂ ਕਹਿਣ ਨੇ ਵੀ ਨਾ, ਨਹੀਂ ਠੀਕ ਹੈ ਵੀ ਜਿਨ੍ਹਾਂ ਨੂੰ ਸਹੀ ਜਿਹੜੇ ਆਉਣਾ ਚਾਹੁੰਦੇ ਬੇਸ਼ੱਕ ਆਉਣ, ਇਹ ਕਹਿ ਕੇ ਨਾ ਆਉਣ ਵੀ ਮਤਲਬ ਇੱਥੇ ਓਪਰਚੁਨਿਟੀ ਨਹੀਂ ਹੈਗੀ ਪੰਜਾਬ 'ਚ, ਜੇ ਉਹਨਾਂ ਨੂੰ ਲੱਗਦਾ ਹਾਂ ਸਾਨੂੰ ਸ਼ੌਂਕ ਹੈ ਜੀ ਕੈਨੇਡਾ ਜਾਣ ਦਾ, ਸਿੱਧਾ ਗਾਓ ਠੀਕ ਹੈ ਵੀ ਉਹ ਤੁਹਾਡਾ ਸ਼ੌਂਕ ਹੈ ਤੇ ਭਗਾਓ, ਫਿਰ
ਤੇ ਅਗਲੇ ਚ ਆਪਾਂ ਫਿਰ ਤੋਂ ਕੀਰਤ ਸਿੰਘ ਨੂੰ ਹੀ ਸ਼ਾਇਦ ਲੈ ਕੇ ਆਵਾਂਗੇ, ਬਾਕੀ ਪਤਾ ਵੀ ਨਹੀਂ ਆਪਣਾ ਗੈਸਟ ਚੇਂਜ ਹੋ ਸਕਦਾ। ਹਾਂ ਤੇ ਕੋਈ ਨਵੀਂ ਆਈਟਮ ਪੇਸ਼ ਕਰਾਂਗੇ ਬਿਲਕੁਲ ਮੇਰੇ ਅੱਗੇ। ਨਹੀਂ ਚਲੋ ਅੱਜ ਦਾ ਪੋਡਕਾਸਟ ਇਹੀ ਸੀਗਾ, ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਊਗਾ। ਜੇ ਹਾਂਜੀ ਤੁਹਾਨੂੰ ਪਸੰਦ ਆਇਆ ਆ ਤਾਂ ਤੁਸੀਂ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ ਤੇ ਆਪ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਯੈਸ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਗੁਰੂ ਨਾਨਕ ਸਾਹਿਬ ਪਾਤਸ਼ਾਹ ਤੁਹਾਡੇ ਘਰੇ ਸਿੱਖੀ ਦਾ ਬੂਟਾ ਲਾਉਣ, ਚੜ੍ਹਦੀ ਕਲਾ ਬਿਲਕੁਲ ਬਖਸ਼ਣ ਤੇ ਸਾਡੇ ਦੇ ਵੀ ਕਿਰਪਾ ਕਰਨ, ਅਸੀਂ ਕੋਈ ਏਡੇ ਉਹ ਹੈ ਨਹੀਂ ਆ, ਸਾਨੂੰ ਵੀ ਨਿਤਨੇਮ ਦੀ ਦਾਤ ਬਖਸ਼ਣ, ਮਾਰੇ ਨਾਮ ਸਾਨੂੰ ਵੀ ਦੀ ਦਾਤ ਸਿੱਧੇ ਰਾਹ ਬਖਸ਼ਣ। ਬਾਬਾ ਜੀ ਪਾਉਣ। ਹਾਂਜੀ ਤੇ ਠੀਕ ਹੈ ਜੀ, ਠੀਕ ਹੈ ਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।